मार्केटां दे विच मिलदे इह 22-22 हज़ार नूं, कोई दिंदा 20-20 हज़ार नूं। असीं तुहानूं इस गल दी जिम्मेवारी लैंदे हां, कपड़ा बड़ा सोहणा, क्वालिटी बड़ी सोहणी आ, हंडनसार सोफा सिर्फ 14,000 रुपए दे विच इह सोफा सैट लै सकदे हां। ਫਗਵਾੜਾ ਫਰਨੀਚਰ ਹਾਊਸ ਤੇ ਆਉਣਾ, ਧਿਆਨ ਨਾਲ ਦੇਖ ਲਓ। ਆਹ ਅਲਮਾਰੀ ਤੁਸੀਂ ਖਰੀਦਣੀ ਆ ਲੋਹੇ ਦੀ, ਹੈ ਨਾ, ਨਾਲ ਤੁਹਾਨੂੰ ਆਹ ਲੱਕੜ ਦੀ ਬੱਚਿਆਂ ਵਾਲੀ ਅਲਮਾਰੀ ਫ੍ਰੀ ਆ, ਮਤਲਬ 16,000 ਦੀ ਅਲਮਾਰੀ ਆ ਖਰੀਦਣੀ ਆ, ਆਹ ਅਲਮਾਰੀ ਤੁਹਾਨੂੰ ਬਿਲਕੁਲ ਫ੍ਰੀ ਮਿਲ ਜਾਣੀ ਆ। ਆਹ ਕਿੰਨਾ ਸੋਹਣਾ ਬੈੱਡ ਆ, ਬੈੱਡ ਦੀ ਬੈਕ ਸਾਈਡ ਦੇਖ ਲਓ ਵੀ ਸਿਨਰੀ ਆ, ਵਿੱਚ ਲਾਈਟਾਂ ਜਗ ਰਹੀਆਂ ਆ, ਇੱਥੇ ਗੱਦੀ ਵੀ ਲੱਗੀ ਹੋਈ ਆ। ਭਾਜੀ ਬੈੱਡ 14,000 ਤੋਂ ਸ਼ੁਰੂ ਆਪਣੇ ਕੋਲ ਜੀ। ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਗਰੁੱਪਾਂ ਦੇ ਵਿੱਚ ਪਾ ਦਿਓ। ਇਹ 5-seater ਸੋਫਾ ਬਿਲਕੁਲ ਤੁਹਾਨੂੰ ਫ੍ਰੀ ਮਿਲਣਾ। ਤੁਸੀਂ ਕਰਨਾ ਕੀ ਆ, ਵੀਡੀਓ ਸ਼ੇਅਰ ਕਰਨੀ ਆ, ਲਾਈਕ ਕਰਨੇ, ਚੰਗੇ ਕਮੈਂਟ ਕਰਨੇ। ਜਿੱਦਾਂ ਮਰਜ਼ੀ ਭਾਜੀ 2 ਸਾਲ ਦੀ ਗਾਰੰਟੀ ਦੇਵਾਂਗੇ, ਜਿੱਦਾਂ ਮਰਜ਼ੀ ਕਈਆਂ ਨੂੰ ਆਰ ਤੋਂ ਦੇਈਦਾ ਬਹਿ ਜਾਂਦੇ ਆ, ਜਿੱਦਾਂ ਮਰਜ਼ੀ ਝੂਲੀ ਆ ਹੋਲੀ ਹੋ, ਬਹੁਤ ਹੈਵੀ ਕੁਰਸੀ ਆ। ਇਹ ਕਹਿੰਦੇ ਵੀ ਕੁਰਸੀ ਟੁੱਟੂਗੀ ਨਹੀਂ, ਬਿਲਕੁਲ ਇੱਦਾਂ ਮਾਰੋ, ਚੱਕ ਚੱਕ ਕੇ ਕੋਠਿਆਂ ਦਵਾ ਲਓ। ਇਸ ਚੀਜ਼ ਦੀ ਗਾਰੰਟੀ ਦਿੰਦੇ ਆ ਵੀ ਜੇ ਟੁੱਟ ਗਈ ਤਾਂ ਕਹਿੰਦੇ ਸਾਨੂੰ ਬਣਾ ਜਵਾ ਲਓ। ਆਹ ਦੇਖੋ ਤੁਹਾਨੂੰ ਨਾ ਇੱਦਾਂ ਕੋਈ ਖੋਲ ਕੇ ਨਹੀਂ ਦਿਖਾਉਂਦਾ, ਇਹਨਾਂ ਨੇ ਸਾਨੂੰ ਸਹੀ ਦੱਸਤਾ। ਆਹ ਜੈਪ ਲਾਈ ਆ ਵੀ ਚੈੱਕ ਕਰਕੇ ਲੈ ਜਾਓ, ਇਹ ਕੂੜਾ ਇਕੱਠਾ ਕਰਕੇ ਲੀਰਾਂ ਇਕੱਠੀਆਂ ਕਰਕੇ ਨਹੀਂ, ਇਹ ਫਾਈਬਰ ਆ ਜਿਹਦੀ ਪੂਰੀ ਗਰੰਟੀ ਵਰੰਟੀ ਵੀ ਹੁੰਦੀ ਆ। ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਨੀ ਆ। ਸੋਫੇ ਦੇ ਨਾਲ ਦੂਜਾ ਗਿਫਟ ਤੁਹਾਨੂੰ ਆਹ ਅਲਮਾਰੀ ਜਿਹੜੀ ਬਹੁਤ ਹੈਵੀ ਦੇ ਵਿੱਚ ਹੈਗੀ ਆ, ਇਹ ਅਲਮਾਰੀ ਤੁਹਾਨੂੰ ਫ੍ਰੀ ਮਿਲਣੀ ਆ। ਜੇ ਤੁਸੀਂ ਅਲਮਾਰੀ ਫ੍ਰੀ ਲੈਣੀ ਆ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨੀ ਆ, ਸਾਰੇ ਗਰੁੱਪਾਂ ਦੇ ਵਿੱਚ ਪਾਉਣਾ। ਜਿਹਦਾ ਘਰ ਦੇ ਵਿੱਚ ਫਰਨੀਚਰ ਆ ਬਜਟ 2 ਲੱਖ ਦਾ, ਤੁਹਾਨੂੰ ਅਸੀਂ 1 ਲੱਖ 'ਚ ਲੈ ਕੇ ਦੇਣਾ, 1 ਲੱਖ ਰੁਪਈਆ ਤੁਹਾਡੀ ਜੇਬ 'ਚ ਮੋੜ ਕੇ ਪਾ ਦਿਆਂਗੇ। ਜਿਹੜੇ ਫਗਵਾੜਾ ਸ਼ਹਿਰ ਦੇ 10 ਕਿਲੋਮੀਟਰ ਦਾਇਰੇ ਦੇ ਵਿੱਚ ਤੁਸੀਂ ਹੈਗੇ ਆ, ਤੁਸੀਂ ਕੋਈ ਵੀ ਸਮਾਨ ਲੈਂਦੇ ਆ ਤੁਹਾਨੂੰ ਹੋਮ ਡਿਲੀਵਰੀ ਫ੍ਰੀ। ਵਿਆਹਾਂ ਸ਼ਾਦੀਆਂ ਲਈ ਸਮਾਨ ਤੁਹਾਨੂੰ 1 ਬੈੱਡ ਮਿਲੂਗਾ, 1 ਸੋਫਾ ਮਿਲੂਗਾ, 1 ਡਰੈਸਿੰਗ ਟੇਬਲ ਮਿਲੂਗਾ, ਅਲਮਾਰੀ 4 ਫੁੱਟ ਦੀ ਮਿਲੂਗੀ, ਟੇਬਲ ਸ਼ੀਸ਼ੇ ਨਾਲ ਅਤੇ ਗੱਦੇ ਮਿਲੂਗੀ। 65,000 ਵਾਲਾ ਸਮਾਨ ਜਿਹੜਾ ਇਹ 65,000 ਰੁਪਏ ਦਾ ਬਣਦਾ, ਤੁਸੀਂ ਆ ਜਾਓ ਇਸ ਵੀਡੀਓ ਨੂੰ ਦੇਖ ਕੇ ਸਕਰੀਨਸ਼ਾਟ ਲਿਓ। 65,000 ਵਾਲਾ ਸਮਾਨ ਤੁਹਾਨੂੰ ਸਿਰਫ 51,000 'ਚ ਦੇ ਦਿਆਂਗੇ। ਇਹ ਭਾਅ ਜੀ ਵਿੱਚ ਟੇਬਲ ਵਿੱਚ ਸਭ ਕੁਝ ਪਾ ਕੇ, ਭਾਅ ਜੀ ਵਿੱਚ ਮੋਬਾਈਲ ਚਾਰਜਰ ਜਿੱਦਾਂ ਲੱਗਾ, ਕੱਪ ਹੋਲਡਰ ਲੱਗੇ ਆ, ਕੋਈ ਸਮਾਨ ਸਮੂਨ ਰੱਖਣਾ, ਨੈਪਕਿਨ ਨੁਪਕਿਨ ਵੀ ਰੱਖ ਸਕਦੇ ਆ, ਸਭ ਕੁਝ ਮੋਬਾਈਲ ਚਾਰਜਰ ਨਾਲ ਲੱਗਾ ਭਾਅ ਜੀ। ਆਹ ਦੇਖੋ ਇਹ 7-seater ਸੋਫਾ ਆ, ਕੋਰਨਰ ਸੋਫਾ ਆ, ਜਿਵੇਂ ਹੁੰਦਾ ਨਾ ਆਪਾਂ ਨੂੰ ਘਰਾਂ ਦੇ ਵਿੱਚ ਵੀ ਆਪਾਂ ਕੋਰਨਰ ਦੇ ਵਿੱਚ ਲਾਉਣਾ, ਐਲ ਟਾਈਪ ਲਾਉਣਾ। 28,000 ਰੁਪਏ ਦਾ ਸੋਫਾ ਵਿਦ ਟੇਬਲ, ਇਹ ਤੁਹਾਡੇ ਘਰ ਦੇ ਵਿੱਚ ਆ ਬੈੱਡ ਪਿਆ ਹੋਵੇ ਨਾ, ਪਰਾਹੁਣੇ ਆ ਕੇ ਤੁਹਾਡੇ ਨਾਲ ਗੱਲਾਂ ਘੱਟ ਕਰਨਗੇ, ਇਹਨਾਂ ਨਾਲ ਜ਼ਿਆਦੀਆਂ ਕਰਨਗੇ। 28,000 ਰੁਪਏ ਦਾ ਨਾ, ਸੋ 6 ਕੁਰਸੀਆਂ ਵਾਲਾ ਹੈਗਾ, ਉਹਦੇ ਵਿੱਚ ਗੱਦੀ ਲੱਗੀ ਆ। ਕਈ ਕਸਟਮਰ ਕਹਿੰਦੇ ਸਾਨੂੰ ਗੱਦੀ ਨਹੀਂ ਚਾਹੀਦੀ, ਸਾਨੂੰ ਭਾਵੇਂ ਲੱਕੜ ਮਿਲ ਜਾਵੇ। ਆਹ ਲਓ, ਆਹ ਵੀ ਸੋਹਣਾ ਡਿਜ਼ਾਈਨ ਹੈਗਾ। 70% ਤੁਹਾਡੀ ਜ਼ਿੰਦਗੀ ਗੱਦਿਆਂ ਦੇ ਉੱਤੇ ਪੈਂਦੀ ਆ, ਸੋ ਤੁਸੀਂ ਆਪਣੀ ਜ਼ਿੰਦਗੀ ਨੂੰ ਕੰਫਰਟੇਬਲ ਬਣਾਉਣਾ, ਨੀਂਦ ਚੰਗੀ ਸੋਣੀ ਆ, ਆਪਣੇ ਨੂੰ ਰਿਲੈਕਸ ਕਰਨਾ, ਅਤੇ ਗੱਦੇ ਤੁਹਾਡੇ ਮਤਲਬ ਦੇ ਤੁਹਾਨੂੰ ਅਸੀਂ ਦਿਖਾਤੇ ਆ। ਚਲੋ ਜੀ, ਹੁਣ ਅਸੀਂ ਪਹੁੰਚ ਚੁੱਕੇ ਹਾਂ ਫਗਵਾੜਾ ਸ਼ਹਿਰ ਦੇ ਵਿੱਚ, ਫਗਵਾੜਾ ਫਰਨੀਚਰ ਹਾਊਸ 'ਤੇ। ਅਸੀਂ ਅੱਜ ਪੰਜਾਬ ਦੇ ਲੋਕਾਂ ਦੇ ਬਹੁਤ ਸਾਰੇ ਫਾਇਦੇ ਕਰਨੇ ਹਾਂ, ਕਿਉਂਕਿ ਹੁਣੇ ਹੁਣੇ ਦਿਵਾਲੀ ਦਾ ਤਿਉਹਾਰ ਲੰਘ ਕੇ ਗਿਆ, ਜਿੱਥੇ ਫਗਵਾੜਾ ਫਰਨੀਚਰ ਹਾਊਸ ਨੇ ਪੰਜਾਬ ਦੇ ਲੋਕਾਂ ਦੇ ਬਹੁਤ ਵੱਡੇ ਵੱਡੇ ਫਾਇਦੇ ਕੀਤੇ ਆ। ਸੋ ਬਾਈ ਜੀ ਜਿਹੜੇ ਪ੍ਰਭ ਭਾਅ ਜੀ ਇੱਥੇ ਆਉਂਦੇ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ ਤੁਹਾਡਾ ਧੰਨਵਾਦ, ਤੁਸੀਂ ਦਿਵਾਲੀ ਦੇ ਉੱਤੇ ਸਾਰੇ ਪੰਜਾਬ ਦੇ ਲੋਕਾਂ ਦੇ ਘਰ ਘਰ ਫਰਨੀਚਰ ਪਹੁੰਚਾਇਆ, ਪਰ ਗੱਲ ਇਹ ਆ ਫਰਨੀਚਰ ਤਾਂ ਪਹੁੰਚਾਇਆ, ਲੋਕ ਵੀ ਖੁਸ਼ ਆ, ਉਹ ਕਹਿੰਦੇ ਸਾਡੇ ਕੋਲ ਪੈਸੇ ਘੱਟ ਨਹੀਂ ਦਿੱਤੇ ਆ, ਸਮਾਨ ਬੜਾ ਸਾਨੂੰ ਵਧੀਆ ਮਿਲਿਆ। ਸੋ ਰਿਕੁਐਸਟ ਅਸੀਂ ਇਹ ਲੈ ਕੇ ਆਏ ਹਾਂ, ਸਾਡੀ ਰਿਕੁਐਸਟ ਨਹੀਂ, ਸਾਡੇ ਲੋਕਾਂ ਦੀ ਰਿਕੁਐਸਟ ਆ, ਉਹ ਚਾਹੁੰਦੇ ਆ ਵੀ ਸੇਲ ਨੂੰ ਥੋੜ੍ਹਾ ਜਿਹਾ ਹੋਰ ਵਧਾਇਆ ਜਾਵੇ, ਸਾਡਾ ਹੋਰ ਫਾਇਦਾ ਕੀਤਾ ਜਾਵੇ। ਭਾਅ ਜੀ ਆਪਾਂ ਨਵੇਂ ਸਾਲ ਕਰਕੇ ਇੱਥੇ ਗੁਰਪੁਰਬ ਦੇ ਮਹਾਰਾਜ ਦੇ ਗੁਰਪੁਰਬ ਦੇ ਕਰਕੇ ਬਹੁਤ ਵਧੀਆ ਤੁਹਾਡੇ ਫਾਇਦੇ ਕਰਾਂਗੇ ਜੀ, ਤੁਸੀਂ ਆਓ ਮਾੜਾ ਮਾੜਾ ਅੱਗੇ ਅੱਗੇ। ਸੋ ਥੋੜ੍ਹਾ ਜਿਹਾ ਮੈਨੂੰ ਦੱਸ ਦਿਓ ਕਿਹੜੀ ਕਿਹੜੀ ਵਰਾਇਟੀ ਹੈਗੀ ਤਾਂ ਜੋ ਕੋਈ ਲੋਕਾਂ ਨੂੰ ਕਲੀਅਰ ਹੋ ਜਾਵੇ। ਭਾਅ ਜੀ ਤੁਹਾਡੇ ਘਰ ਸੋਹਣੇ ਬਣਾਉਣ ਲਈ ਸਾਡੇ ਕੋਲ ਬੈੱਡ, ਸੋਫੇ, ਅਲਮਾਰੀਆਂ, ਗੱਦੇ, ਹਰ ਚੀਜ਼ ਇੱਥੋਂ ਮਿਲੂਗੀ ਤੁਹਾਨੂੰ ਜੀ। ਚਲੋ ਜੀ ਹੁਣ ਆਪਾਂ ਸ਼ੁਰੂਆਤ ਨਾ ਪਹਿਲਾਂ ਸੋਫਿਆਂ ਦੇ ਕਰ ਲੈਂਦੇ। ਆਹ ਦੇਖੋ ਨਾ 5-seater ਸੋਫਾ ਹੈਗਾ, ਦੇਖੋ ਤੁਸੀਂ ਸੋਫੇ ਬਹੁਤ ਸਾਰੇ ਦੇਖੋ ਨੇ, ਪਰ ਸੋਫਿਆਂ ਦੀ ਕੁਆਲਿਟੀ ਵਰਾਇਟੀ ਬੜੀ ਮਾੜੀ ਜਿਹੀ ਹੁੰਦੀ ਹੈ ਨਾ। ਆਹ ਦੇਖੋ ਤੁਸੀਂ ਇੱਥੇ ਬੈਠਦੇ ਆ, ਬਹਿ ਕੇ ਵੀ ਸਾਨੂੰ ਫੀਲਿੰਗ ਵਧੀਆ ਆਉਂਦੀ ਹੈ, ਕੱਪੜਾ ਕੁਆਲਿਟੀ ਇਹਦੇ 'ਤੇ ਵਧੀਆ ਹੈਗੀ ਆ। 5-seater ਸੋਫੇ ਦੇ ਉੱਤੇ ਵੀ ਜੇ ਛੋਟਾ ਸਾਈਜ਼ ਹੈਗਾ ਆ, ਤਾਂ ਇਹਦੇ ਵਿੱਚ ਦੇਖੋ ਆਹ ਵੀ ਬੜੀਆਂ ਸੋਹਣੀਆਂ ਨਾ ਇਹਦੇ ਵਿੱਚ ਲਈਆਂ ਆ। ਭਾਅ ਜੀ ਤੁਸੀਂ ਇਹਦੇ ਵਿੱਚ ਵੀ ਕਾਫੀ ਜਾਣ ਪਾਈ ਹੋਈ ਆ, ਮੈਨੂੰ ਦੱਸੋ ਵੀ ਇਹਦੇ ਵਿੱਚ ਕਿੰਨੇ ਕੁ ਡਿਜ਼ਾਈਨ ਹੁੰਦੇ, ਕੀ ਪ੍ਰਾਈਸ ਇਹਦਾ? ਭਾਅ ਜੀ 20-25 ਤਰ੍ਹਾਂ ਦੇ ਡਿਜ਼ਾਈਨ ਆ, 3-4 ਤਰ੍ਹਾਂ ਦੇ ਹੋਰ ਮਾਡਲ ਆ, ਤੁਹਾਨੂੰ ਦਿਖਾਉਂਦੇ ਹਾਂ ਹੋਰ ਜੀ। ਇਹ ਭਾਅ ਜੀ
ਸੋਫਾ ਹੁਣ ਜਿਹੜਾ ਤੁਹਾਡੇ ਮਾਤਰਮ ਨਾਲ ਸਾਡੇ ਕੋਲ ਆਊਗਾ ਜੀ, ਇਹ ਆਪਾਂ ਸਿਰਫ ਭਾਜੀ ਸੇਲ ਲਾਤੀ ਆ ਤੁਹਾਡੇ ਕਰਕੇ 14,000 ਰੁਪਏ ਦਾ। ਸੋ ਇਹ ਸੋਫੇ ਤੁਸੀਂ ਬਹੁਤ ਸਾਰੀਆਂ ਵੀਡੀਓ ਦੇਖੀ ਹੋਣੀ ਆ, ਸੋਫਾ ਇੱਥੋਂ ਲੱਗ ਗਿਆ ਸਾਰਾ ਦਿਖਾ ਦਿਓ। ਇਹ 5-seater ਸੋਫਾ ਆ ਜੀ, ਮਾਰਕੀਟਾਂ ਦੇ ਵਿੱਚ ਮਿਲਦੇ ਇਹ 22,000 ਨੂੰ, ਕੋਈ ਦਿੰਦਾ 20,000 ਨੂੰ। ਅਸੀਂ ਤੁਹਾਨੂੰ ਇਸ ਗੱਲ ਦੀ ਜ਼ਿੰਮੇਵਾਰੀ ਲੈਂਦੇ ਹਾਂ, ਕੱਪੜਾ ਬੜਾ ਸੋਹਣਾ, ਕੁਆਲਿਟੀ ਬੜੀ ਸੋਹਣੀ ਆ, 100 ਸਾਰ ਸੋਫਾ ਸਿਰਫ 14,000 ਰੁਪਏ ਦੇ ਵਿੱਚ ਇਹ ਸੋਫਾ ਸੈੱਟ ਲੈ ਸਕਦੇ ਹਾਂ। ਜਿਹੜਾ ਵੀ ਭਾਜੀ ਵੱਧ ਤੋਂ ਵੱਧ ਇਹ ਸੋਫਾ ਸ਼ੇਅਰ ਕਰੂਗਾ, ਲਾਈਕ ਕਰੂਗਾ ਜਾਂ ਕਿਸੇ ਹੋਰ ਗਰੁੱਪਾਂ 'ਚ ਪਾਊਗਾ, ਵੱਧ ਤੋਂ ਵੱਧ ਭਾਜੀ ਇਹ ਸੋਫਾ ਬਿਲਕੁਲ ਉਹਨੂੰ ਫ੍ਰੀ ਦਿੱਤਾ ਜਾਊ। ਸੋ ਤੁਹਾਡੇ ਫਾਇਦੇ ਹਰ ਪਾਸਿਓਂ ਆ, ਜੇ ਤੁਸੀਂ ਖਰੀਦਣਾ ਇਹ ਸੋਫਾ ਤੁਹਾਨੂੰ ਮਿਲਣਾ 14,000 ਰੁਪਏ ਦਾ, ਦੇਖ ਲਓ ਧਿਆਨ ਦੇ ਨਾਲ, ਨਹੀਂ ਤਾਂ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਗਰੁੱਪਾਂ ਦੇ ਵਿੱਚ ਪਾ ਦਿਓ। ਇਹ 5-seater ਸੋਫਾ ਬਿਲਕੁਲ ਤੁਹਾਨੂੰ ਫ੍ਰੀ ਮਿਲਣਾ, ਤੁਸੀਂ ਕਰਨਾ ਕੀ ਆ, ਵੀਡੀਓ ਸ਼ੇਅਰ ਕਰਨੀ ਆ, ਲਾਈਕ ਕਰਨੇ, ਚੰਗੇ ਕਮੈਂਟ ਕਰਨੇ, 5-seater ਸੋਫਾ ਤੁਹਾਨੂੰ ਮਿਲ ਜਾਣਾ। ਇਹਦੇ ਵਿੱਚ ਰੰਗ ਇੱਕ ਨਹੀਂ ਹੈਗਾ, ਦੇਖੋ ਨਾ, ਤੁਹਾਨੂੰ ਤੁਹਾਡੇ ਅਕੋਰਡਿੰਗ ਤੁਹਾਡੇ ਘਰ ਦੇ ਵਿੱਚ ਕਰਟਨਾਂ ਦਾ ਹੈਗਾ ਕਲਰ ਹੋਰ ਹੈਗਾ, ਤੁਹਾਡਾ ਜਿਹੜਾ ਕਿ ਫਰਨੀਚਰ ਦਾ ਇੰਟੀਰੀਅਰ ਹੋਰ ਹੈਗਾ, ਤੁਹਾਡੇ ਟਾਈਲਾਂ ਲੱਗੀਆਂ, ਤੁਸੀਂ ਕਿਸ ਤਰ੍ਹਾਂ ਮੈਚਿੰਗ ਕਰਨੀ ਆ, ਵੱਖੋ ਵੱਖਰੇ ਡਿਜ਼ਾਈਨ ਆ। ਬਾਈ ਜੀ ਇਹ ਵੀ ਸੇਮ ਪ੍ਰਾਈਜ਼ ਆ? ਬਿਲਕੁਲ ਜੀ, ਬਿਲਕੁਲ ਬਿਲਕੁਲ। ਆਹ ਦੇਖੋ, ਇਹਦੇ ਵਿੱਚ ਤੁਸੀਂ ਨਾ ਲੋਕਾਂ ਕੋਲ ਜਾਂਦੇ ਹੋ ਤਾਂ 5-seater ਦੇ ਨਾਲ ਸਾਨੂੰ ਆਹ ਨਹੀਂ ਮਿਲਦੀਆਂ, ਇਹਦੇ ਵਿੱਚ ਬਹੁਤ ਸੋਹਣੀਆਂ ਗੱਦੀਆਂ ਆ, ਕੱਪੜਾ ਇਹਦੇ ਵਿੱਚ ਦੇਖੋ ਨਾ, ਕੁਆਲਿਟੀਆਂ ਵਰਾਇਟੀਆਂ। ਆਹ ਵੀ ਸੋਫਾ ਜਿਹੜਾ 5-seater ਹੈਗਾ ਤੁਹਾਨੂੰ ਸਿਰਫ 14,000 ਚ ਮਿਲਣਾ। ਜੇ ਤੁਸੀਂ ਬਰਾਊਨ ਕਲਰ ਲੈਣਾ, ਦੇਖੋ ਕੰਟਰਾਸਟ ਦੇ ਵਿੱਚ ਨਾ, ਇਹਦੇ ਵਿੱਚ ਵੀ ਦੇਖ ਲਓ, ਇਹ ਵੀ 14,000 ਚ ਮਿਲ ਜੂਗਾ। ਇੱਕ ਤੁਸੀਂ ਪਿੱਛੇ ਦੇਖ ਲਓ ਬਾਈ ਜੀ, ਇਹਦੇ ਵਿੱਚ ਕੱਪੜਾ ਕੁਆਲਿਟੀ ਵਰਾਇਟੀ ਦੀ ਕਿੰਨੀ ਕੁ ਜ਼ਿੰਮੇਵਾਰੀ ਲੈਂਦੇ ਭਾਈ ਜੀ? 5 ਸਾਲ ਦੀ ਗਰੰਟੀ ਦਊਂਗਾ, ਸੋਫਾ ਤੁਹਾਡਾ ਬਹਿ ਜਾਵੇ ਜਾਂ ਖਰਾਬ ਹੋ ਜਾਵੇ ਜੀ, ਆਪਾਂ 5 ਸਾਲ ਦੇ ਵਿੱਚ ਕੁਛ ਵੀ ਹੋ ਜਾਵੇ ਬੈਠਣ ਦੀ ਪੂਰੀ ਗਰੰਟੀ ਦਊਂਗਾ ਸੋਫਾ। ਸੋ ਜੇ ਆਪਾਂ ਨਾ ਇਸ ਸੋਫੇ ਦੀ ਵੀ ਗੱਲ ਕਰ ਲਈਏ, ਆਹ ਦੇਖੋ ਇਹ 7-seater ਸੋਫਾ ਆ, ਕੋਰਨਰ ਸੋਫਾ ਆ, ਜਿਵੇਂ ਹੁੰਦਾ ਨਾ ਆਪਾਂ ਨੂੰ ਘਰਾਂ ਦੇ ਵਿੱਚ ਵੀ ਆਪਾਂ ਕੋਰਨਰ ਦੇ ਵਿੱਚ ਲਾਉਣਾ, ਐਲ ਟਾਈਪ ਲਾਉਣਾ, ਇਹ ਵੀ ਤੁਹਾਨੂੰ ਮਿਲ ਜਾਂਦਾ, ਇਹ ਐਲ ਟਾਈਪ ਹੈਗਾ, ਦੋ ਇਹਦੇ ਨਾਲ ਸੈਟਿੰਗ ਆ। ਬਾਕੀ ਤੁਸੀਂ ਇਹਦੇ 'ਤੇ ਜਦੋਂ ਬੈਠਦੇ ਆ ਨਾ, ਗੱਦੀਆਂ ਦੇ ਵਿੱਚ ਬਹੁਤ ਸੋਹਣੀ ਵਰਾਇਟੀ ਆ, ਤੁਸੀਂ ਇੱਥੇ ਬਹਿੰਦੇ ਹੋ, ਤੁਹਾਨੂੰ ਕੱਪ ਹੋਲਡਰ, ਤੁਸੀਂ ਇੱਥੇ ਗਲਾਸ ਰੱਖਣਾ, ਕੁਛ ਰੱਖਣਾ, ਇਹ ਵੀ ਰੱਖ ਸਕਦੇ ਹਾਂ। ਬਾਈ ਜੀ ਬੜਾ ਸੋਹਣਾ ਕੰਸੈਪਟ ਬਣਿਆ ਹੈ ਨਾ, ਵਰਸਾਚੇ ਦੇ ਲੋਗੋ ਵੀ ਲੱਗੇ ਹੋਏ ਆ। ਸੋ ਇਹਦੀ ਗਰੰਟੀ ਵਰੰਟੀ ਕੀ ਲੈਂਦਾ, ਕੀ ਪ੍ਰਾਈਜ਼ ਆ ਅਤੇ ਮਾਰਕੀਟ ਦਾ ਕੀ ਰੇਟ ਆ? 5 ਸਾਲ ਦੀ ਭਾਈ ਗਰੰਟੀ ਆ, ਸਵੈਟ ਲੱਗੀ ਹੋਈ ਹੈ ਇਹਦੇ ਉੱਤੇ, ਇਹ 'ਚ ਕਲਰ ਭਾਈ ਆਪਸ਼ਨ 10-12 ਹੈਗੇ ਆ ਜੀ। ਇਹ ਭਾਜੀ ਸਿਰਫ ਸੋਫਾ ਭਾਜੀ ਜਿਹੜਾ ਤੁਹਾਡੇ ਮਨ ਵੀਡੀਓ ਦੇਖ ਕੇ ਆਊਗਾ, ਆਪਾਂ 28,000 ਰੁਪਏ ਦਾ ਸੋਫਾ ਦੇ ਦਿੰਦੇ ਜੀ। ਇਹ ਵੀ ਮੈਂ ਤੁਹਾਨੂੰ ਚੈਲੇਂਜ ਕਰਦਾ, ਤੁਸੀਂ ਬਾਜ਼ਾਰਾਂ 'ਚ ਘੁੰਮਦੇ ਆ, 38,000, 35,000, 40,000 ਰੁਪਏ ਦੇ ਸੋਫੇ ਵਿਕਦੇ ਆ, ਪਰ ਇੱਥੇ ਤੁਹਾਨੂੰ 28,000 ਰੁਪਏ ਦਾ ਸੋਫਾ ਵਿਦ ਟੇਬਲ, ਇਹ ਟੇਬਲ ਨਾਲ ਆ, ਇੱਦਾਂ ਨਹੀਂ ਵੀ ਤੁਹਾਨੂੰ ਟੇਬਲ ਤੋਂ ਬਿਨਾਂ ਦੇਣਾ। ਭਾਜੀ ਆਪਾਂ 28,000 ਦੇ ਵਿੱਚ ਤੁਹਾਨੂੰ 9 ਸੀਟਾਂ ਵਾਲਾ ਸੋਫਾ, ਵਿੱਚੇ ਟੇਬਲ, ਵਿੱਚੇ ਸਭ ਕੁਝ 28,000 ਰੁਪਏ ਦੇ ਜੀ। ਸੋ 9 ਸੀਟਾਂ ਆ ਇਹ, ਤੁਹਾਨੂੰ 28,000 ਦੀਆਂ ਮਿਲਣੀਆਂ। ਸੋ ਆਹ ਵੀ ਦੇਖੋ ਨਾ ਕਿੰਨਾ ਸੋਹਣਾ ਕੰਸੈਪਟ ਬਣਿਆ, ਦੇਖੋ ਕਿੰਨਾ ਪਿਆਰਾ ਲੋਗੋ ਜਿਹਾ ਤੁਹਾਡੇ ਘਰ 'ਚ ਪਿਆ, ਉਹ ਸੋਹਣਾ ਲੱਗੂ ਨਾ। ਮੇਨ ਗੱਲ ਜੋ ਮੈਂ ਤੁਹਾਨੂੰ ਦਿਖਾਉਣੀ ਚਾਹੁੰਦਾ, ਆਹ ਦੇਖੋ ਜਿਹੜੀਆਂ ਇਹਨਾਂ ਦੀਆਂ ਪਿੱਛੇ ਗੱਦੀਆਂ ਹੈ ਨਾ, ਕੁਸ਼ਨ ਜਿਹਨੂੰ ਕਹਿੰਦੇ ਆ, ਇਹ ਵੀ ਬੜੀਆਂ ਹਾਈ ਕੁਆਲਿਟੀ ਦੀਆਂ। ਬਾਈ ਜੀ ਇਹਦੇ ਵਿੱਚ ਕੀ ਸਮਾਨ ਲੱਗਾ, ਕੋਈ ਲੀਰਾਂ ਲੂਰਾਂ ਤਾਂ ਨਹੀਂ ਪਈਆਂ? ਨਹੀਂ ਨਹੀਂ ਨਹੀਂ, ਆਹ ਦੇਖੋ ਜੀ, ਲੀਰਾਂ ਲੂਰਾਂ ਕੁਛ ਨਹੀਂ ਭਾਜੀ, ਸਾਰੀ ਫਾਈਬਰ ਆ ਜੀ, ਟੋਟਲੀ ਜੀ, ਟੋਟਲੀ। ਲੋਕੀ ਲੀਰਾਂ ਭਰੀ ਜਾਂਦੇ ਵਿੱਚ, ਕਾਹੇ ਖੇਸ ਵਾਹ ਹੋਈ ਜਾਂਦਾ ਸਭ ਕੁਝ। ਆਹ ਦੇਖੋ ਤੁਹਾਨੂੰ ਨਾ ਇੱਦਾਂ ਕੋਈ ਖੋਲ ਕੇ ਨਹੀਂ ਦਿਖਾਉਂਦਾ, ਇਹਨਾਂ ਨੇ ਸਾਨੂੰ ਸਹੀ ਦੱਸਤਾ, ਆਹ ਜੈਪ ਲਾਈ ਆ ਵੀ ਚੈੱਕ ਕਰਕੇ ਲੈ ਜਾਓ, ਇਹ ਕੂੜਾ ਇਕੱਠਾ ਕਰਕੇ ਲੀਰਾਂ ਇਕੱਠੀਆਂ ਕਰਕੇ ਨਹੀਂ, ਇਹ ਫਾਈਬਰ ਆ ਜਿਹਦੀ ਪੂਰੀ ਗਰੰਟੀ ਵਰੰਟੀ ਵੀ ਹੁੰਦੀ ਆ। 10 ਕੁ ਸੀਟਰ ਸੋਫਾ ਬਣ ਜਾਂਦਾ ਵਿੱਚੇ ਟੇਬਲ ਪਾ ਕੇ ਜੀ। ਇਹ ਭਾਜੀ ਵਿੱਚੇ ਟੇਬਲ, ਵਿੱਚੇ ਸਭ ਕੁਝ ਪਾ ਕੇ ਭਾਜੀ, ਵਿੱਚੇ ਮੋਬਾਈਲ ਚਾਰਜਰ ਜਿੱਦਾਂ ਲੱਗਾ, ਕੱਪ ਹੋਲਡਰ ਲੱਗੇ ਆ, ਕੋਈ ਸਮਾਨ ਸਮੂਨ ਰੱਖਣਾ, ਨੈਪਕਿਨ ਨੁਪਕਿਨ ਵੀ ਰੱਖ ਸਕਦੇ ਆ, ਸਭ ਕੁਝ ਮੋਬਾਈਲ ਚਾਰਜਰ ਨਾਲ ਲੱਗਾ ਭਾਜੀ। ਆਹ ਦੇਖੋ ਤੁਸੀਂ ਇੱਥੇ ਬੈਠੇ ਹੋ, ਤੁਹਾਡਾ ਫੋਨ ਚਾਰਜ ਕਰਨਾ, ਤੁਸੀਂ ਇੱਥੇ ਲਾਓ, ਚਾਰਜਿੰਗ ਪੁਆਇੰਟ ਲੱਗਾ ਆ, ਇੱਥੋਂ ਔਨ ਕਰ ਲਓ ਅਤੇ ਇਹ ਵੀ ਹੋ ਜਾਂਦਾ। ਇਹਦੇ ਵਿੱਚ ਵੀ ਤੁਹਾਨੂੰ ਦੇਖੋ ਬਾਰ ਮਿਲ ਜਾਂਦੀ ਆ, ਇਹਦੇ ਵਿੱਚ ਤੁਸੀਂ ਸਟੋਰ ਵੀ ਕਰ ਸਕਦੇ ਸਮਾਨ। ਇਹਦਾ ਪ੍ਰਾਈਜ਼ ਕੀ ਹੈਗਾ? ਇਹ ਭਾਜੀ 45,000 ਦੇ ਵਿੱਚ ਹੀ ਆ, ਵਿੱਚੇ ਸਟੂਲੀਆਂ ਵੀ ਨਾਲ ਆ ਜਾਂਦੀਆਂ, ਸਭ ਕੁਝ ਨਾਲ ਹੀ ਹੈ। ਆ ਵੀ ਦੇਖ ਲਓ, ਇਹ ਵੀ ਭਾਈ ਦੱਸੋ, ਮੇਰੇ ਖਿਆਲ ਇਹਦਾ ਸੇਮ ਹੀ ਕਨਸੈਪਟ ਆ, ਕਲਰ ਚੇਂਜ ਆ? ਇਹ ਵੀ ਆ ਭਾਜੀ ਕਲਰ ਆ, ਇਹ ਉਹ ਕੱਪੜਾ, ਇਹ ਸਵੈਟ ਲੱਗੀ ਆ ਭਾਜੀ ਜੀ, ਇਹ ਗਿੱਲਾ ਕੱਪੜਾ ਮਾਰੋ ਸਾਫ ਆ ਸਰ ਜੀ, ਕੁਛ ਨਾ ਨਾਲ ਫਿੱਟ ਹੈਗੀ, ਨਾਲ ਫਿੱਟ ਆ ਜੀ, ਸਾਰਾ ਇਹੀ ਸਭ ਕੁਝ ਇਹੀ। ਇਹ ਵੀ ਇਹੀ ਜੀ, ਇਹਦਾ ਟੇਬਲ ਜਿੱਦਾਂ ਚੋਰਸ ਦੀ, ਇਹਦਾ ਲੰਬਾ ਆ ਭਾਜੀ ਜੀ। ਇਹਦਾ ਕੀ ਪ੍ਰਾਈਸ ਹੈਗਾ? ਇਹ ਵੀ ਸੇਮ ਇਹੀ ਰੇਟ ਭਾਈ, ਆਹ ਸੋਫਾ ਆ ਜਾਂਦਾ ਜੀ, ਇਹ ਵੀ ਸੇਮ ਇਹੀ ਰੇਟ, 28,000 ਦੇ ਵਿੱਚ ਤੁਹਾਨੂੰ ਦੇ ਦੇਣਾ ਆਪਾਂ ਜੀ। ਆਹ ਦੇਖੋ ਕਲਰ ਕੰਬੀਨੇਸ਼ਨ ਬਹੁਤ ਆ, ਡਿਜ਼ਾਈਨ ਬਹੁਤ ਆ, ਤੁਹਾਡੇ ਅਕੋਰਡਿੰਗ ਤੁਹਾਨੂੰ ਜਿਹੜਾ ਪਸੰਦ ਆ ਤੁਸੀਂ ਲੈ ਜਾਓ, 28,000 ਚ ਦਵਾਂਗੇ। ਇਹਦੇ ਵਿੱਚ ਕਲਰ ਗ੍ਰੇ ਬਹੁਤ ਸੋਹਣਾ, ਗ੍ਰੇ ਐਂਡ ਬਲੈਕ ਕਲਰ, ਇਹ ਵੀ 28,000 ਦੇ ਵਿੱਚ। ਸੋ ਜਿਹੜੇ ਆਪਣੇ ਨਵੇਂ ਘਰ ਬਣਾ ਰਹੇ ਆ, ਤੁਸੀਂ ਫਲੈਟ ਬਣਾ ਰਹੇ ਹੋ, ਤੁਸੀਂ ਆਪਣੇ ਘਰਾਂ ਨੂੰ ਸੋਹਣਾ ਬਣਾਉਣੇ ਆ, ਘਰ ਸਿਰਫ ਬਿਲਡਿੰਗ ਬਣਨਾ ਨਹੀਂ, ਜਿੰਨੇ ਚਿਰ ਤੱਕ ਤੁਹਾਡੇ ਘਰਾਂ ਦੇ ਵਿੱਚ ਚੰਗਾ ਫਰਨੀਚਰ ਨਹੀਂ, ਚੰਗੇ ਸੋਫੇ ਨਹੀਂ, ਤੇ ਤੁਹਾਨੂੰ ਮਜ਼ਾ ਨਹੀਂ ਆਊਗਾ। ਤੁਹਾਨੂੰ ਅਸੀਂ ਹਾਈ ਕਲਾਸ ਵਧੀਆ ਕੁਆਲਿਟੀ ਦਾ ਫਰਨੀਚਰ ਦਿਖਾ ਰਹੇ ਹਾਂ ਅੱਜ, ਅਸੀਂ ਰੇਟ ਤੁਹਾਤੋਂ ਲੈ ਰਹੇ ਹਾਂ ਅਸੀਂ ਬਹੁਤ ਘੱਟ, ਮਾਰਕੀਟ ਨਾਲੋਂ ਅੱਧੇ ਅੱਧੇ ਰੇਟ। ਆਹ ਦੇਖੋ ਰਾਜਿਆਂ ਮਹਾਰਾਜਿਆਂ ਦੇ ਘਰਾਂ ਦੇ ਵਿੱਚ ਜਿੱਦਾਂ ਦੇ ਸੋਫੇ ਪਏ ਹੁੰਦੇ ਆ, ਵੱਡੇ ਵੱਡੇ ਕਲਰ ਦੇਖੋ, ਇੰਗਲਿਸ਼ ਕਲਰ ਹੈਗੇ ਆ, ਕਰਟਨਸ ਹੈਗੇ ਆ,
ਜਿਹੜਾ ਤੁਹਾਡੇ ਕਰਕੇ ਵੀਡੀਓ ਕਰਕੇ ਆਊਗਾ ਉਹ 55,000 ਰੁਪਏ ਦਾ ਭਾਜੀ। ਇਹ ਦੇਖੋ 55,000 ਦਾ, ਇਹਦੇ ਵਿੱਚ ਜਿਹੜੇ ਹੈਡ ਰੈਸਟ ਆ ਦੇਖੋ ਨਾ ਐਡਜਸਟੇਬਲ ਆ, ਜਿੱਥੇ ਮਰਜ਼ੀ ਤੁਸੀਂ ਇਹਨੂੰ ਕਰ ਲਓ। ਇੱਦਾਂ ਦੇ ਫੰਕਸ਼ਨ ਤੁਹਾਨੂੰ ਆਮ ਮਿਲਦੇ ਨਹੀਂ, ਪਰ ਰੇਟ ਤੁਸੀਂ ਸੁਣ ਲਓ ਵੀ ਬਹੁਤ ਘੱਟ ਰੇਟ 'ਤੇ ਦੇ ਰਿਹਾ। ਜਿੱਦਾਂ ਉੱਚੀਆਂ ਗੱਦੀਆਂ ਜਿੱਦਾਂ ਕੋਈ ਮੰਗਦਾ ਜੀ, ਜੀ ਉੱਚੀਆਂ ਗੱਦੀਆਂ ਉੱਚੇ ਸਭ ਕੁਝ, ਇਹ ਵੀ 55,000 ਦੇ ਵਿੱਚ ਹੀ ਹੈ ਜੀ। ਸੋ ਤੁਸੀਂ ਬਾਜ਼ਾਰਾਂ ਦੇ ਵਿੱਚ ਜਾਂਦੇ ਹੋ, ਸ਼ੋਰੂਮਾਂ 'ਤੇ ਜਾਂਦੇ ਆ, ਉੱਥੇ ਲਿਖਿਆ ਹੁੰਦਾ ਐਮ ਆਰ ਪੀ ਹੈ ਨਾ। ਇਹਦੀ ਨੈੱਕ ਪੂਰੀ ਲੱਗਦੀ ਆਪਣੀ ਇੱਥੇ ਹੀ ਜੀ। ਇਹ ਪੂਰਾ ਭਾਜੀ, ਇਹ ਵੀ ਬਹੁਤ ਵੱਡਾ ਡੀ ਕੱਟ ਮਾਡਲ ਕਹਿ ਦਿੰਦੇ ਆ। ਇੱਥੇ ਜਦੋਂ ਤੁਸੀਂ ਜਾਂਦੇ ਹੋ ਰੇਟ ਲੱਗਾ ਹੁੰਦਾ ਆ 80,000 ਰੁਪਏ, ਫੇਰ ਲਾ ਲੈਂਦੇ ਆ ਜੀ 10% ਲੈਸ, ਮਤਲਬ ਉਹ ਹੀ 70-72,000 ਰੁਪਏ ਨੂੰ ਇਹ ਸੋਫਾ ਤੁਹਾਨੂੰ ਮਿਲਦਾ, ਜਿਹੜਾ ਅਸੀਂ ਤੁਹਾਨੂੰ 75,000 ਵਾਲਾ ਸੋਫਾ 55,000 'ਚ ਦੇ ਰਹੇ ਹਾਂ। ਸਿੱਧੋ ਸਿੱਧਾ 20,000 ਰੁਪਏ ਦੀ ਤੁਹਾਡੀ ਅਸੀਂ ਬੱਚਤ ਕਰਾ ਰਹੇ ਹਾਂ। ਸੋਫਾ ਆ ਜੀ ਸਾਰਾ ਹੈਵੀ ਡਿਊਟੀ ਵਰਸਾਚੀ ਸਾਈਨ ਆ ਜੀ, ਵਰਸਾਚੀ ਦੇ ਸਾਈਨ ਸੂਨ ਲੱਗੇ ਆ, ਸਾਰਾ ਹੈਵੀ ਡਿਊਟੀ। ਇਹ ਵੀ 13 ਸੀਟਰ 55,000 ਰੁਪਏ ਦਾ ਸੋਫਾ ਦੇ ਦਿਆਂਗੇ। ਆਹ ਦੇਖੋ ਜਦੋਂ ਆਪਾਂ ਨਾ ਕੁਆਲਿਟੀਆਂ ਦੀਆਂ ਗੱਲਾਂ ਕਰਨੀਆਂ, ਆਪਾਂ ਹੇਠਾਂ ਤੋਂ ਲੈ ਕੇ ਉੱਪਰ ਤੱਕ ਜਾਵਾਂਗੇ। ਆਹ ਦੇਖੋ ਜਿਹੜੇ ਇਹਨਾਂ ਦੇ ਪੈਰ ਆ ਨਾ, ਆਹ ਦੇਖੋ ਇਹ ਲੱਕੜ ਦੇ ਨਹੀਂ ਲੱਗੇ, ਪਲਾਸਟਿਕ ਦੇ ਲੱਗੇ, ਇਹ ਵੀ ਦੇਖੋ ਕਿੰਨਾ ਸੋਹਣਾ ਹਾਈ ਕਲਾਸ ਦੇ ਵਿੱਚ ਲੱਗੇ ਹੈਗੇ ਆ। ਇਹਨਾਂ ਚੀਜ਼ਾਂ ਦੇ ਰੇਟ ਵੱਧ ਆ। ਆਹ ਬਹੁਤ ਸੋਹਣਾ ਕੱਪੜਾ ਲੱਗਾ ਹੋਇਆ, ਹਰ ਚੀਜ਼ ਦੀ 5 ਸਾਲ ਦੀ ਵਾਰੰਟੀ। ਇਹ ਸੋਫਾ ਕੋਈ ਤੁਹਾਨੂੰ 85,000 ਦਾ ਦਊਗਾ, ਕੋਈ ਤੁਹਾਨੂੰ 90,000 ਦਾ ਦਊਗਾ, ਕੋਈ ਤੁਹਾਨੂੰ 78,000 ਦਾ ਦਊਗਾ। ਭਾਅ ਜੀ ਆਪਣਾ ਰੇਟ ਕੀ ਆ? ਭਾਅ ਜੀ ਇਹ ਸੋਫਾ ਤੁਹਾਡੇ ਕਰਕੇ ਭਾਅ ਜੀ ਜਿਹੜਾ ਆਊਗਾ 65,000 ਦਾ ਵੀ ਸੇਲ ਕੀਤਾ ਹੈ ਜੀ। ਇਹ ਭਾਅ ਜੀ ਤੁਹਾਡੇ ਆਫਰ ਕਰਕੇ ਭਾਅ ਜੀ 55,000 ਰੁਪਈਆ ਜੀ, ਗੁਰਪੁਰਬ ਤੇ ਨਵੇਂ ਸਾਲ ਕਰਕੇ 55,000 ਰੁਪਏ ਦਾ ਲੱਗੂ। ਚੈਲੰਜ ਕਰਕੇ ਕਹਿੰਦਾ, ਆਹ ਵੀਡੀਓ ਬਣ ਰਹੀ ਆ, ਇਹਦੀ ਫੋਟੋ ਖਿੱਚ ਲਓ, ਜਿੱਥੇ ਤੁਸੀਂ ਪਹਿਲਾਂ ਸਮਾਨ ਲੈਂਦੇ ਹੋ ਉੱਥੇ ਚਲ ਜਾਓ। ਇਸ ਭਾਅ 'ਤੇ ਤੁਹਾਨੂੰ ਨਹੀਂ ਮਿਲਣਾ 55,000 ਰੁਪਈਆ, ਬੜਾ ਚੈਲੰਜ ਵਾਲਾ ਰੇਟ ਆ। ਡਿਜ਼ਾਈਨ ਇਹ ਵੀ ਸੇਮ ਇੱਦਾਂ ਦਾ ਹੀ ਆ, ਥੋੜ੍ਹਾ ਰਲਦਾ ਮਿਲਦਾ ਉਹਦੇ ਵਾਂਗੂ ਹੀ ਆ ਜੀ। ਇਹਦੀਆਂ ਕੁਰਸੀਆਂ ਥੋੜ੍ਹੀਆਂ, ਉਹਦੀਆਂ ਚੋਰਸ ਆ, ਇਹਦੀਆਂ ਗੋਲ ਆ, ਇਹਦੇ ਨਾਲ ਕੁਸ਼ਨ ਨਾਲ ਆ ਗਏ ਜੀ। ਇਹ ਵੀ ਸੇਮ ਰੇਟ ਤੁਹਾਡੇ ਲਈ ਭਾਅ ਜੀ 55,000 ਰੁਪਏ। ਭਾਅ ਜੀ ਕਈ ਵੇਲੇ ਕਸਟਮਰ ਕਹਿੰਦਾ ਸਾਡਾ ਘਰ ਬਣਿਆ, ਸਾਡਾ ਕਿਸੇ ਦਾ ਡਰਾਇੰਗ ਰੂਮ ਵੱਡਾ ਆ, ਕਿਸੇ ਦਾ ਛੋਟਾ ਆ, ਕਸਟਮਾਈਜ਼ ਕਰਦੇ ਆ ਜਿੱਦਾਂ ਮਰਜ਼ੀ। ਉੱਥੇ ਅਸੀਂ ਵੇਟ ਦਾ ਕਰਾਂਗੇ, ਜਿਹੜਾ ਸਾਈਜ਼ ਹੋਊਗਾ ਉਸ ਹਿਸਾਬ ਦੀਆਂ ਸੀਟਾਂ ਬਣ ਜਾਣਗੀਆਂ, ਜਿੱਦਾਂ ਦਾ ਕਹੋਗੇ ਉੱਦਾਂ ਦਾ ਬੈੱਡ। ਕਿੰਨੇ ਕੁ ਟਾਈਮ ਦੇ ਵਿੱਚ ਭਾਅ ਜੀ ਸੋਫਾ ਬਣ ਜਾਂਦਾ? ਭਾਅ ਜੀ ਇੱਕ ਵੀਕ ਦੇ ਵਿੱਚ ਦੇ ਦੇਵਾਂਗੇ। ਤੁਸੀਂ ਇੱਥੇ ਆਓ, ਆਪਣੇ ਘਰ ਬੁਲਾਓ, ਬੈੱਡ ਬਣਾ ਲਓ, ਸੋਫੇ ਬਣਾ ਲਓ, ਅਲਮਾਰੀਆਂ ਬਣਾ ਲਓ, ਸਾਰਾ ਫਰਨੀਚਰ ਕਸਟਮਾਈਜ਼ ਕਰਕੇ ਦਿੰਦੇ ਆ। ਇਹਨਾਂ ਨੇ ਬਹੁਤ ਸਾਰੇ ਰਿਕਾਰਡ ਹੈਗੇ, ਜਿੰਨੇ ਨਵੇਂ ਘਰ ਬਣ ਰਹੇ ਆ, ਫਲੈਟ ਬਣ ਰਹੇ ਆ, ਪੀਜੀ ਬਣ ਰਹੇ ਆ, ਸਾਰਿਆਂ ਦੇ ਵਿੱਚ ਫਗਵਾੜਾ ਫਰਨੀਚਰ ਹਾਊਸ ਦਾ ਕੰਮ ਕੀਤਾ ਜਾ ਰਿਹਾ, ਜਿੱਥੇ ਕਿ 100% ਲੋਕ ਸੈਟੀਸਫਾਈਡ ਆ, 5-star ਰੇਟਿੰਗ ਇਹਨਾਂ ਨੂੰ ਆ ਰਹੀ ਆ। ਸੋ ਤੁਸੀਂ ਪਿੱਛਿਆਂ ਰਹੋ, ਆਹ ਨੰਬਰ ਸਕਰੀਨ 'ਤੇ ਅਸੀਂ ਦਿੱਤਿਆ, ਇਹਨਾਂ ਨੰਬਰਾਂ 'ਤੇ ਫੋਨ ਕਰਕੇ ਤੁਸੀਂ ਸੰਪਰਕ ਕਰ ਸਕਦੇ ਹਾਂ। ਆਪਾਂ ਬੈੱਡ ਦੀ ਗੱਲ ਵੀ ਕਰ ਲੈਂਦੇ, ਦੇਖੋ ਆਹ ਕਿੰਨਾ ਸੋਹਣਾ ਬੈੱਡ ਆ, ਬੈੱਡ ਦੀ ਬੈਕ ਸਾਈਡ ਦੇਖ ਲਓ ਵੀ ਸਿੰਦਰੀ ਆ, ਵਿੱਚ ਲਾਈਟਾਂ ਜਗ ਰਹੀਆਂ ਆ, ਇੱਥੇ ਗੱਦੀ ਵੀ ਲੱਗੀ ਹੋਈ ਆ, ਡਰੋ ਹੈਗੇ ਆ, ਖੋਲ੍ਹਦੇ ਆ, ਹਾਈ ਕੁਆਲਿਟੀ ਦੀ ਲੱਕੜ ਹੈਗੀ ਆ, ਪੇਂਟ ਬੜਾ ਸੋਹਣਾ ਕੀਤਾ ਹੈਗਾ। ਸਰ ਜਿਹੜੇ ਇਹ ਬੈੱਡ ਹੈਗੇ ਆ, ਕਿੱਥੋਂ ਸ਼ੁਰੂਆਤ ਇਹਦੀ ਹੁੰਦੀ ਆ? ਭਾਅ ਜੀ ਇਹ ਬੈੱਡ 14,000 ਤੋਂ ਸ਼ੁਰੂ ਆਪਣੇ ਕੋਲ ਜੀ। 14,000 ਦੇ ਵਿੱਚ ਭਾਅ ਜੀ ਇਹਦੇ ਹੈੱਡ ਪਾਸੇ ਵੀ ਢੋ ਦੇਵਾਂਗੇ ਅਤੇ ਪੈਰ ਪਾਸੇ ਵੀ ਢੋ ਦੇਵਾਂਗੇ, ਦੋਨੋਂ ਪਾਸੇ ਢੋਵਾਂ ਤੁਹਾਨੂੰ ਦੇਵਾਂ। ਇੱਧਰ ਆ ਜੀ, ਬਹੁਤ ਸੋਹਣੇ ਡਿਜ਼ਾਇਨ ਆ, ਉੱਪਰ ਵੀ ਕੱਪੜਾ ਲੱਗਾ ਹੋਇਆ ਜੀ, ਸਵੈਟ ਲੱਗੀ ਆ, ਬਹੁਤ ਸੋਹਣਾ। ਬਾਕੀ ਇਹਦੇ ਵਿੱਚ ਫਲੈਟ ਢੋਵਾਂ ਵੀ ਆਪਣੇ ਕੋਲ ਅਵੇਲੇਬਲ ਆ, ਜਿੱਦਾਂ ਫਲੈਟ ਲਾ ਲਓ ਹੋਟਲਾਂ ਵਾਲੇ, ਜਾਂ ਵੱਡੇ ਵੱਡੇ ਮੰਤਰੀਆਂ ਦੇ ਘਰਾਂ 'ਚ ਹੁੰਦੇ ਆ, ਜਾਂ ਵੱਡੇ ਵੱਡੇ ਅਫਸਰਾਂ ਦੇ ਘਰਾਂ ਦੇ ਵਿੱਚ ਹੁੰਦੇ ਆ, ਫੀਲਿੰਗ ਤੁਹਾਨੂੰ ਬਹੁਤ ਸੋਹਣੀ ਆਉਣੀ ਆ। ਆਹ ਬੈੱਡ ਦਿਖਾ ਦਿਓ ਜੀ ਸਾਰਾ, ਆਹ ਬਲਬ ਜਿਹਾ ਜਗਦਾ ਦਿਖਾ ਦਿਓ। ਜੇ ਅਸੀਂ ਪੈਸੇ ਬਚਾਉਣੇ ਹੁੰਦੇ ਇਹਦੇ ਵਿੱਚ ਵੀ ਪੈਸੇ ਬਚਾ ਸਕਦੇ ਸੀ, ਜੇ ਅਸੀਂ ਪੈਸੇ ਬਚਾਉਣੇ ਹੁੰਦੇ ਅਸੀਂ ਇਹਦੇ ਵਿੱਚ ਕੱਪੜਾ ਮਾੜਾ ਲਾ ਸਕਦੇ ਸੀ, ਜੇ ਅਸੀਂ ਪੈਸੇ ਬਚਾਉਣੇ ਹੁੰਦੇ ਅਸੀਂ ਡਿਜ਼ਾਈਨ ਨਹੀਂ ਪਾਉਣਾ ਸੀ, ਅਸੀਂ ਡੀਕੋ ਪੇਂਟ ਨਹੀਂ ਕਰਨਾ ਸੀ, ਅਸੀਂ ਮਾਈਕਾ ਵੀ ਲਾ ਸਕਦੇ ਸੀ। ਪਰ ਰੌਲਾ ਇਹ ਆ, ਜੇ ਅਸੀਂ ਰੋਇਲ ਕਲਾਸ ਬਣ ਰਹੇ ਹਾਂ, ਸਾਡੇ ਕਸਟਮਰ ਰੋਇਲ ਕਲਾਸ ਆ, ਤੁਹਾਡੇ ਅਕੋਰਡਿੰਗ ਸਾਨੂੰ ਸਾਰਾ ਕੁਛ ਲਾਉਣਾ ਪਊਗਾ। ਆਹ ਸਾਰਾ ਦੇਖ ਲਓ, ਇਹਦੇ ਅੱਗੇ ਆ ਵੀ ਤੁਸੀਂ ਦੇਖ ਲਓ ਨਾ, ਇੱਥੇ ਵੀ ਕੱਪੜਾ ਲੱਗਾ ਹੋਇਆ ਆ, ਸਾਈਡਾਂ 'ਤੇ ਕੱਪੜਾ ਲੱਗਾ ਹੋਇਆ ਆ, ਸੈਟੀਆਂ ਨਾਲ ਲੱਗੀਆਂ। ਇਹ ਹੈਗੇ ਆ ਬੈੱਡ ਰੋਇਲ ਕਲਾਸ, ਜਿਹੜੇ ਤੁਹਾਨੂੰ ਵੱਡੇ ਸ਼ੋਅਰੂਮਾਂ 'ਤੇ, ਹਾਈਵੇ 'ਤੇ ਸ਼ੋਅਰੂਮ ਹੈਗੇ ਆ, ਹੋਰ ਪਾਸੇ ਜਾਓ, ਜਾ ਕੇ ਆਓ ਪਹਿਲਾਂ ਸਾਰੇ ਪਾਸੇ, ਫਿਰ ਸਾਡੇ ਕੋਲ ਆਇਓ। ਕਿਸੇ ਨੇ ਇੱਥੇ ਐੱਮ ਆਰ ਪੀ ਲਿਖੀ ਆ 65,000 ਰੁਪਈਆ, ਕਿਸੇ ਨੇ ਲਿਖਿਆ 60,000 ਰੁਪਈਆ, ਸਾਡਾ ਰੇਟ ਕੀ ਹੈਗਾ ਆ ਪ੍ਰਾਪ ਭਾਈ ਦੱਸ ਦੇਣਗੇ। ਭਾਅ ਜੀ ਇਹ ਬੈੱਡ ਜੀ ਉੱਦਾਂ ਹੈਗਾ, ਅਸੀਂ ਸੇਲ ਕਰਦੇ 36,000 ਰੁਪਏ, ਅਸੀਂ ਤੱਗਰ ਭਾਈ ਕਰਕੇ 32,000 ਰੁਪਈਆ ਦੇ ਤੁਹਾਨੂੰ ਬੈੱਡ ਦੇਵਾਂਗੇ। ਜਿਹਦਾ ਘਰ ਦੇ ਵਿੱਚ ਫਰਨੀਚਰ ਦਾ ਬਜਟ 2 ਲੱਖ ਦਾ, ਤੁਹਾਨੂੰ ਅਸੀਂ 1 ਲੱਖ 'ਚ ਲੈ ਕੇ ਦੇਣਾ, 1 ਲੱਖ ਰੁਪਈਆ ਤੁਹਾਡੀ ਜੇਬ 'ਚ ਮੋੜ ਕੇ ਪਾ ਦਿਆਂਗੇ। ਜਿਹੜਾ ਆਹ ਬੈੱਡ ਲਊਗਾ ਨਾਲ ਮੈਟਰਸ ਤਾਂ ਅਗਲੇ ਨੇ ਜ਼ਰੂਰ ਲੈਣਾ ਜੀ। ਅਸੀਂ ਪੋਕਟ ਸਪਰਿੰਗ ਵਾਲਾ ਗੱਦਾ ਜੀ, ਵਿੱਚੇ ਹੀ ਗੱਦਾ, ਵਿੱਚੇ ਹੀ ਇਹ 40,000 ਰੁਪਏ ਦਾ ਕੋਂਬੋ ਦੇ ਦੇਣਾ। ਭਾਅ ਜੀ 8 ਇੰਚ ਦਾ ਗੱਦਾ ਇਹ, ਕੋਈ ਚੱਕਰ ਨਹੀਂ ਭਾਅ ਜੀ, ਤੁਸੀਂ ਹੈ ਨਾ ਹੁਣੇ ਹੀ ਔਨਲਾਈਨ ਜਾਓ, ਆਹ ਜਿਹੜਾ ਗੱਦਾ ਹੈਗਾ ਇਹਦਾ ਮਾਰੋ ਸਰਚ, ਚੈੱਕ ਕਰੋ ਰੇਟ ਕੀ ਇਹਦਾ, ਕੋਈ ਰੇਟ ਆਊਗਾ 18,000, ਕੋਈ 22,000, ਕੋਈ 25,000, ਪਰ ਆਹ ਜਿਹੜਾ ਗੱਦਾ ਤੁਹਾਨੂੰ ਸਿਰਫ 8,000 ਦਾ ਦੇ ਤਾ ਕੋਂਬੋ ਬਣਾ ਕੇ, 32,000 ਦਾ ਬੈੱਡ, 8,000 ਦਾ ਗੱਦਾ। ਗੱਲ ਹੋਰ ਭਾਅ ਜੀ,
जे कई कहे आप रेट घटा शायद मटीरियल माड़ा हो भाजी थले लोकी लाने अठ सपोटा आप बैड भाजी पौनी की पलाई का देता थले जी पौनी का पलाई की बु लगा है सारा ही बैड ढो तो सारा पौनी की पलाई दे जी आखो कि सोहना कॉम्बीनेशन है देखो ना किनिया सोहनिया बच्चे पट्टिया पाई हुई है किसी ने बड़ा साइज लेना हों किसी कमरे का साइज छोटा हों अकॉर्डिंग भी ये रखे हुए ये भाई जी ये साइज छोटे लिए भी है रूम लिए भी दसो जे किसी भरा ने कोई सस्ता तो थोड़ा सोहना भी लगे ये बैड भाजी बाजार विकता 18 का भी 16 का भी अपना ना 15 देना रेट ना 14 देना भाई 13,500 का बैड दे देना जी देखो एड्डी खाई होंगी हर बैड की थोड़े घर के बच्चा बैड पिया हो ना परौने आ गए तो गल्लां घट करनगे इन्हां ज्यादा करनगे साइज देख लो कितना सोहना आ बल्ब देख लो आ स्लाइडा ये पाई हुई देखो ना बड़ा सोहना डिजाइन भाई जी तैयार किया है ये है 70-75,000 का नहीं ये भाजी ताडे करके जेड़ा वीडियो देख के आऊगा जी 23,000 रुपए का बैड दे दूंगा जी हुण दसो खोलदी अखां थोड़ियां साडा रौला रप्पा पाउण दा संग पाउण दा मकसद ये हुंदा तुहाडा असीं फायदा कर दईए 70-70,000 रुपया बड़े बड़े शोरूमों च लगा 70,000 नहीं लैना 23,000 दे विच तुहानूं दे दांगे किन्ना सोहना डिजाइन आ कपड़ा ए क्लास आ गोल्डन इहदे विच पट्टियां पाईआं होईआं आ आ बल्ब देखो किन्ने सोहणे लुकिंग हैगे ना ये बल्बां दे बड़े एक्सपेंसिव हैगे आ डीको पेंट होया आ पावर पॉइंट लगे हुए आ सारा हाइट भी तुसीं देख लई आ आ तुसीं साइडां तों भी लगा हुआ आ सिर्फ जेड़ा भरा कहने वड्डा सोहना भी वड्डा भी बैड हो रेट भी घट मिल जाए ये सिर्फ उस भरा 18,000 रुपए दे देना बैड देखो 18,000 दा थानू असीं बैड दे देना आ मैं कहना गद्दा देखो किन्ना सोहना है ना इहदा देखो कंट्रास्ट मैच किन्ना सोहना आ गद्दा भी तुसीं नाल जरूर लैके जायो जदों तुसीं बैड लैणा ना जे बैड चंगा होवे तां गद्दा भी चंगा चाहीदा तां मजा आउंदा ना आ देखो 13,000 रुपए दा गद्दा थानू मिलना सिर्फ गद्दे भी थानू 5-star होटल वालिया देखो मैं चैलेंज कर देना चीजा दे देखो किड्डे किड्डे गद्दे लै गद्दे चक के नहीं आउंदे ओ भले आवे आ देखो बिल्कुल हैवी देखो हैवी दे विच मोटाई देखो आ देखो ना सारी दिहाड़ी बंदा हार थक के घर आउंदा जदों घर आ के नींद ना चंगी आवे तां कम कीता कोई फायदा नहीं 70% थोड़ी जिंदगी गद्दियां दे उत्ते पैंदी आ सो तुसीं अपनी जिंदगी नूं कंफर्टेबल बनाउणा नींद चंगी सोणी आ अपने नूं रिलैक्स करना ते गद्दे तुहाडे मतलब दे थानूं असीं दिखाते आ सो जे आपां फर्नीचर की गल कर लईए ना घर दे विच डाइनिंग टेबल ना पिया होवे तां साडा काम अधूरा हो जांदा आ देखो बड़ा वड्डा साइज आ 6 कुर्सियां दा ये डाइनिंग टेबल हैगा भाजी इहदे विच दसो लक्कड़ दी की गरंटी लैंदे आ कपड़े दी की गरंटी इहदी लाइफ की हैगी आ भाजी स्वैट लगी आ ते काली टाली दी आ प्योर तुसीं आ कुर्सी नूं चक लो जी सारी देख लो जे कितों माड़ी कितों लगती होवे जी काली टाली की सारी हैगी जी कुर्सी जी 5 साल की भाजी डाइनिंग टेबल की आपां गरंटी देवांगे बहुत हैवी कुर्सी है पिछे भी कपड़ा हाँ देखो ना फ्रंट दे विच दा इहदा सोहना डिजाइन हैगा देखो ना किन्नी सोहनी चेहरा देखो ना किन्ना सोहना डिजाइन आ बैक दे पिछे भी लाया आ बड़ा सोहना इह कहिंदे असीं लक्कड़ दी गरंटी लैंदे आ भी काली टाली दी इह लक्कड़ हैगी आ ते इहदी भी जिम्मेवारी 5 साल दी लैंदे आ जिहड़ा तुसीं आह 6 चेहरां वाला लैंदे आ कोई तुहानूं 45,000 रुपए दा डाइनिंग टेबल दिंदा कोई दिंदा 50,000 रुपए दा अपना की भाव है भाजी 35,000 रुपए दा तुहाडे करके दोवांगे अज्ज है ना तुसीं फायदे लै लो ये फायदे नहीं तुहानूं मिलने हैगे 35,000 रुपए डाइनिंग टेबल नहीं थानू मिलना उधर वो भी सैट पिया हैगा वो भी तो एदा की रेट है जी ये भी थोड़ा दस दो ये भी बहुत वधिया भाई डाइनिंग टेबल आ पिछों देखो इधर जी आ पिछों लुक देखो बहुत सोहनी लगती है जी ये भाजी सिर्फ डाइनिंग टेबल ताडे करके जेड़ा आऊगा उदा बाजार ये 45-50 विकदा ये आप सिर्फ 28,000 रुपए का आ देखो 28,000 रुपए का ना सो कोई डिमांड आ जाती सानू इहदे विच मार्बल ला हाँ जी जेड़ा भाजी मार्बल भरा लवाऊगा वो थोड़ा इहदे विच ही 10,000 रुपया प्लस कर लवे ਉਹਨੂੰ ਮੋਟਾ ਮਾਰਬਲ ਬਹੁਤ ਵਧੀਆ ਕਰਕੇ ਦੇਵਾਂਗੇ 10,000 ਰੁਪਇਆ ਹੋਣ ਲਈ ਸੋ ਇਹਦੇ ਵਿੱਚ ਬਾਕੀ ਰੇਟ ਉਹੀ ਆ ਤੁਸੀਂ ਸ਼ੀਸ਼ੇ ਦੀ ਜਗ੍ਹਾ ਮਾਰਬਲ ਲਾਉਣਾ ਹੈ ਚਾਹੇ ਉਹ ਲੈ ਲਓ ਚਾਹੇ ਇਹ ਲੈ ਲਓ 10,000 ਰੁਪਏ ਦਾ ਡਿਫਰੈਂਸ ਆ ਇਹ ਵੀ ਤੁਸੀਂ ਲੈ ਕੇ ਜਾ ਸਕਦੇ ਆ ਸੋ ਹਰ ਪੱਖੋਂ ਤੁਹਾਡੇ ਅਸੀਂ
फायदे कर रहे हैं। सो इस नाल ही जो आप अलमारियों की गल करिए, आह देख लो तुम बच्चों की अलमारियां तुम्हें इतों मिल जाए, तुम्हें बड़िया अलमारियां मिल जाए। देखो तुम लक्कड़ के भी अलमारी लै सकते ना। मेन गल तुम ये देख लो भी जिहड़ियां अलमारियां हैगियां अंदर इन फिनिशिंग किन्नी आ, इहदी सफाई किन्नी आ, हर एक साइज तुम्हें मिल जाना। आह भी देखो ना जिदा का डिजाइन तुम्हें लेना थोड़ा लक्कड़ की अलमारी के भी मिल जाना है। इधर भी तुम देख लो आह लोहे की अलमारी है ना। मेन गल मैं हर थान जाके थानू की दिखा चाहता भी जिहड़ियां इत्थे दियां अलमारियां आ लोहे दे विच अंदरों पूरी पेंट हुई आ, इन्हां दे विच बड़ी जान हैगी आ। इदां नहीं हैगा भी इह लो क्लास हैगा। भाजी ये अलमारी का की रेट हैगा? भाजी असीं ऑफर लाई आ तुहाडे करके, उपर हाइड्रोलिक जिदा गर्म चादर जां मर्जी रजाई कंबल जी, पूरी हैवी अलमारी भाजी जी। आम जिदा है ना सीक्रेट लॉक भी ये अवेलेबल है भाजी जी, जिदा थले रेडू लगे जिदा मर्जी आम होंगे भाजी, पैर जिदा गल जाते थे अलमारियों के, एक गलन वाला कम नहीं। नाले असी ऑफर करती है भाजी 16,000 च, 16,000 के भाजी अलमारी के नाल बच्चों लिए कह देंगे यू अलमारी का ना है मियाँ बीबी जी, नाल कहिंदे बच्चों लिए भी कुछ दिओ, असी ऑफर करती है मियाँ बीबी अलमारी विद आह बच्चों लिए अलमारी। सो लो जी तुहाडा फायदा हो जाता, तुसीं फगवाड़ा फर्नीचर हाउस ते आउणा, ध्यान नाल देख लो आह अलमारी तुसीं खरीदनी है लोहे दी है ना, नाल तुहानूं आह लक्कड़ दी बच्चों वाली अलमारी फ्री आ। मतलब 16,000 की अलमारी आ खरीदनी आ, आह अलमारी थानू बिल्कुल फ्री मिल जानी है। ये भी डील्स है थानू, ये 5-5 फुट दी अलमारियां सारे इस विच भी, ये होर भी डिजाइन थानू दिखा देना इस जी। सो इदां तुसीं होर अगे आई जाओ है ना, ये देखो लक्कड़ के देखो डिजाइन किन्ने आ, मतलब हर पासे थानू मिल जाते हैं। तुसीं लक्कड़ की अलमारी पसंद करते हैं लक्कड़ की लै लो, तुसीं लोहे की लैनी है तो लोहे की लै लो। इस तरह भाजी यही मॉडल है जिदा स्लाइडिंग अजकल जगह की प्रॉब्लम होंदी है जी, आ स्लाइडिंग अलमारी है जी, बिच दराज दरोज आ गए बिच सब कुछ है जी, थले जुत्तियां वाला रैक रख लो जो मर्जी रख लो। सो फगवाड़ा फर्नीचर ने थोड़ा काफ़ी सोचा ना, आ देखो थोड़े स्पेस घट है थानू नहीं खोलता डोर, स्लाइड कर लो देखो इदा तुम स्लाइड कर लो, इधरों तुम बंद कर दो आ खोल लो, ये आप अलमारी ताडे करके भाजी 18,000 लो, घर मिस्त्री ला लो, आ देख लो फिनिशिंग किन्नी आ सफाई किन्नी आ, तुसीं इहनू बना के देख लो 18,000 रुपए दे विच तुहाडे कोल घर नहीं बननी, मजबूती उदां दी होगी, रेट घट होगा। इन्ने दीआं तुसीं चाहां बुला देणियां मिस्त्रियां नूं जिन्ने दी असीं अलमारी दे देणी जी, बिल्कुल बाई जी कहिंदे वी जिन्ने की असी अलमारी देनी आ तुसीं उन्ने की चाह पलानी मिस्त्रियां रोज ठक 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 ठक, इत्थे पैसे लियाओ तुहाडे घर डिलीवरी। भाजी एक गल मैं होर पुछनी है ना, पंजाब के लोग देखते हैं, मैं ये चाहना आप फगवाड़ा शहर च खड़े हैं ना भी थोड़ा फगवाड़ा फर्नीचर, जिहड़े साडे दर्शक फगवाड़ा दे हैगे आ ਉਹਨਾਂ ਲਈ ਕੀ ਖਾਸ ਡੀਲ ਹੈਗੀ ਭਾਈ? ਮੈਂ ਆਫਰ ਕਰਦਾ ਜੀ 10 ਕਿਲੋਮੀਟਰ ਦੇ ਘੇਰੇ ਦੇ ਅੰਦਰ ਮੈਂ ਡਿਲੀਵਰੀ ਫ੍ਰੀ ਕਰ ਦਿੰਦਾ ਸਾਰੇ 10 ਕਿਲੋਮੀਟਰ ਕੋਈ ਵੀ ਹੋਵੇ ਨਾ। ਸੋ ਲਓ ਜੀ ਤੁਸੀਂ ਫਗਵਾੜਾ ਸ਼ਹਿਰ ਦੇ ਵਿੱਚ ਹੈਗੇ ਆ, ਤੁਸੀਂ 10 ਕਿਲੋਮੀਟਰ ਦੇ ਦਾਇਰੇ 'ਚ ਹੈਗੇ ਆ, ਤੁਹਾਨੂੰ ਵਧਾਈਆਂ ਤੁਹਾਡਾ ਫਾਇਦਾ ਕਰਤਾ। ਜਿਹੜੇ ਫਗਵਾੜਾ ਸ਼ਹਿਰ ਦੇ 10 ਕਿਲੋਮੀਟਰ ਦਾਇਰੇ ਦੇ ਵਿੱਚ ਤੁਸੀਂ ਹੈਗੇ ਆ, ਤੁਸੀਂ ਕੋਈ ਵੀ ਸਮਾਨ ਲੈਂਦੇ ਆ ਤੁਹਾਨੂੰ ਹੋਮ ਡਿਲੀਵਰੀ ਫ੍ਰੀ, ਤੁਸੀਂ ਕੋਈ ਵੀ ਖਰਚਾ ਨਹੀਂ ਦੇਣਾ, ਡਿਲੀਵਰੀ ਦਾ 1 ਰੁਪਈਆ ਹੀ ਦੇਣਾ। ਇੱਕ ਤੁਹਾਨੂੰ ਮਾਰਕੀਟ ਨਾਲੋਂ ਅੱਧੇ ਰੇਟਾਂ ਦੇ ਅਸੀਂ ਸਮਾਨ ਲੈਤਾ, ਦੂਜਾ ਕੁਆਲਿਟੀ ਵਧੀਆ ਲੈਤੀ ਅਤੇ ਹੋਮ ਡਿਲੀਵਰੀ ਤੁਹਾਨੂੰ ਅਸੀਂ ਫ੍ਰੀ ਦੇਤੀ ਆ। ਇਦੂ ਬਾਅਦ 'ਚ ਆਹ ਵੀ ਦੇਖੋ ਨਾ ਅਲਮਾਰੀਆਂ ਦੇਖੋ, ਇਹ ਆਹ ਦੇਖੋ ਸਾਈਜ਼ ਭਾਜੀ, ਮੈਨੂੰ ਇਹ ਦੱਸੋ ਵੀ ਇਹ ਸਾਈਜ਼ ਕਿੱਡੇ ਦਾ ਬੜੀ ਚੜਾਈ ਦੇ ਵਿੱਚ ਹੈਗੀ? ਇਹ ਭਾਜੀ 5-7 ਦਾ ਸਾਈਜ਼ ਹੁੰਦਾ ਜੀ ਜੀ, 5 ਫੁੱਟ ਚੌੜੀ 7 ਫੁੱਟ ਉੱਪਰ ਨੂੰ ਜੀ। ਜੇ ਕਿਸੇ ਕੋਲ ਜਿੱਦਾਂ ਪੂਰਾ ਅਗਲੇ ਕੱਪ ਬੋਰਡ ਬਣਾਉਂਦੇ ਆ ਜੀ, ਆਹ ਦੇਖਿਓ ਇੱਕ ਇਹਨੂੰ ਕਹਿ ਦਿੰਦੇ ਭਾਜੀ ਮੀਆਂ ਬੀਬੀ ਅਲਮਾਰੀ ਜੀ, ਮੀਆਂ ਬੀਬੀ ਅਲਮਾਰੀ ਵਿਦ ਡਰੈਸਿੰਗ ਟੇਬਲ ਜੀ, ਇੱਧਰ ਟੰਗਣ ਵਾਲੇ ਕੱਪੜੇ, ਇੱਧਰ ਵੀ ਜਿੱਦਾਂ ਡਰੈਸਿੰਗ ਦਾ ਵੀ ਸਮਾਨ ਆ ਜਾਣਾ ਜੋ ਮਰਜ਼ੀ, ਉੱਪਰ ਲਾਈਟ ਲੱਗੀ ਆ ਵਧੀਆ ਜੀ ਜੀ। ਇੱਧਰ ਵੀ ਦੇਖੋ ਜੀ ਪੂਰੀ 8x7 ਦੀ ਅਲਮਾਰੀ ਹੈ ਜੀ, ਇਹ ਆਮ ਭਾਜੀ ਬਾਜ਼ਾਰ ਵਿਕਦੀ ਹੈ ਜੀ 36-37-38 ਜੀ, ਇਹ ਤੁਹਾਡੇ ਕਰਕੇ ਆਪਾਂ ਔਫਰ 10,000 ਰੁਪਇਆ ਛੱਡ ਦੇਣੀ 28,000 ਰੁਪਏ ਦੀ। ਆਹ ਦੇਖ ਲਓ ਤੁਸੀਂ ਪਹਿਲਾਂ ਮੈਂ ਜੋ ਸਮਝਾਉਣ ਜਾਣਾ, ਇੱਕ ਆਹ ਹੋ ਗਿਆ ਸਾਈਜ਼, ਇੱਕ ਆਹ ਹੋ ਗਿਆ, ਇਹ ਇੱਕ ਅਲਮਾਰੀ 3 ਅਲਮਾਰੀਆਂ ਦੇ ਬਰਾਬਰ ਆ, ਬਹੁਤ 8 ਫੁੱਟ ਚੜਾਈ ਆ, 7 ਫੁੱਟ ਉੱਪਰ ਨੂੰ ਹੈਗੀ ਆ। ਇਹ ਸਾਈਜ਼ ਜਿਹੜਾ ਤੁਹਾਨੂੰ ਅਸੀਂ ਦੇ ਰਹੇ ਹਾਂ 38,000, 40,000, 45,000 ਨੂੰ ਮਿਲਦੀਆਂ। ਜੇ ਤੁਸੀਂ ਘਰ ਬਣਾਓਗੇ ਤਾਂ ਵੀ ਇੰਨੇ ਨੂੰ ਬਣਨੀ ਹੈਗੀ, ਮੈਂ ਲਿਖ ਕੇ ਦੇਣ ਨੂੰ ਤਿਆਰ, ਪਰ ਫਗਵਾੜਾ ਫਰਨੀਚਰ ਸਿਰਫ 28,000 ਦੀ ਇਹ ਅਲਮਾਰੀ ਲੈ ਜਾਓ। ਵੱਡਾ ਵਾਧਾ ਕੀ ਆ, ਤੁਸੀਂ ਕੋਠੇ ਚਾੜਨੀ ਆ, ਤੁਹਾਡਾ ਕਮਰਾ ਵੱਡਾ ਛੋਟਾ ਦੇਖੋ, ਇਹਨੂੰ ਤੁਸੀਂ ਸੈਪਰੇਟ ਕਰਕੇ ਚਾੜ ਸਕਦੇ, ਖੁੱਲ ਜਾਂਦੀ ਆ, ਇਹਨੂੰ ਸੈਪਰੇਟ ਕਰ ਲਓ, ਬਾਅਦ ਤੁਸੀਂ ਫਿੱਟ ਕਰ ਲਓ। ਇਹ ਤੁਹਾਡੇ ਲਈ ਇੱਕ ਬਹੁਤ ਸੋਹਣੀ ਡੀਲ ਆ, ਜਿਹੜੀ ਫੈਮਿਲੀ ਵੱਡੀ ਸਰ ਜਾਂਦਾ। ਭਾਜੀ ਲੋਹੇ ਦੇ ਵਿੱਚ ਵੀ ਬਹੁਤ ਸਾਰੇ ਡਿਜ਼ਾਈਨ ਆ, ਬਹੁਤ ਲੋਹੇ 'ਚ ਭਾਜੀ ਬਹੁਤ ਵਧੀਆ ਆਪਣੇ ਕੋਲ ਅਲਮਾਰੀਆਂ ਦੀ ਵਰਾਇਟੀ ਆ, ਸਾਰੇ ਵੀਲ ਲੱਗੇ ਆ ਜੀ, ਸਾਰੀਆਂ ਵੱਡੀਆਂ ਅਲਮਾਰੀਆਂ ਰੇਡੂ ਲੱਗੇ ਆ, ਜਿੱਥੇ ਮਰਜ਼ੀ ਰੋੜ ਕੇ ਭਾਜੀ ਕਰ ਦਿਓ ਜੀ, ਜਿੱਦਾਂ ਮਰਜ਼ੀ ਰੋੜ ਕੇ, ਜਿੱਦਾਂ ਕਈ ਵਾਰ ਪੈਰ ਦੀ ਗਲੀ ਰਹਿੰਦੇ ਜਿੱਦਾਂ ਪਾਣੀ ਪੂਣੀ ਡੋਲਦੇ ਸੀ, ਜਿੱਦਾਂ
ਪੈਰ ਪੂਰ ਗਲ ਜਾਂਦੇ ਆ ਅੱਜ ਕੱਲ ਉਹ ਕੰਮ ਨਹੀਂ ਹੈਗਾ ਜਿੱਦਾਂ ਮਰਜ਼ੀ ਰੇੜੂ ਲੱਗੇ ਜਿੱਥੇ ਮਰਜ਼ੀ ਰੋੜ ਕੇ ਕਰ ਦਿਓ ਜੀ ਹੁਣ ਵਿਆਹਾਂ ਸ਼ਾਦੀਆਂ ਦਾ ਟਾਈਮ ਹੈਗਾ ਨਾ ਤੁਸੀਂ ਬੈੱਡ ਸੋਫੇ ਗੱਦੇ ਅਲਮਾਰੀਆਂ 'ਤੇ ਲੈਂਦੇ ਆ ਡਰੈਸਿੰਗ ਟੇਬਲ ਦੀ ਵੀ ਇੱਕ ਅਹਿਮ ਵਿੱਚ ਭੂਮਿਕਾ ਹੁੰਦੀ ਆ ਸੋ ਡਰੈਸਿੰਗ ਟੇਬਲ ਕਿੰਨੇ ਦਾ ਹੈਗਾ ਕਿਉਂਕਿ 65-100-7-7 ਹਜ਼ਾਰ ਮਾਰਕੀਟ 'ਚ ਬਾਜ਼ਾਰ 'ਚ 6,000 ਵੀ ਦੇਈ ਜਾਂਦੇ 6,500 ਵੀ ਦੇਈ ਜਾਂਦੇ ਜੀ ਆਪਾਂ ਤੁਹਾਡੇ ਲਈ 3,500 ਰੁਪਏ ਦਾ ਡਰੈਸਿੰਗ ਟੇਬਲ ਦੇ ਦੇਣਾ ਜੀ 3,500 ਰੁਪਏ ਦਾ ਡਰੈਸਿੰਗ ਟੇਬਲ ਪੂਰੇ ਪੰਜਾਬ 'ਚ ਕਿਤੋਂ ਨਹੀਂ ਮਿਲਣਾ ਇਹਦੇ ਵਿੱਚ ਵੀ ਸਟੋਰੇਜ ਆ ਭਾਈ ਸਮਾਨ ਰੱਖ ਸਕਦੇ ਜਿੱਦਾਂ ਸਮਾਨ ਰੱਖ ਕੇ ਲੋਕ ਲਾ ਦਿਓ ਆਪਣਾ ਥੱਲੇ ਵੀ ਸੋ ਇੱਕ ਇਹ ਡਰੈਸਿੰਗ ਟੇਬਲ ਹੈਗਾ ਮੈਂ ਇੱਕ ਆ ਵੀ ਤੁਹਾਨੂੰ ਦਿਖਾਉਣਾ ਚਾਹੁੰਦਾ ਨਾ ਡਰੈਸਿੰਗ ਟੇਬਲ ਦੇ ਵਿੱਚ ਇੱਕ ਨਹੀਂ ਬਹੁਤ ਸਾਰੇ ਡਿਜ਼ਾਈਨ ਆ ਦੇਖੋ ਤੁਸੀਂ ਇੱਥੋਂ ਆ ਹੈਗਾ ਆ ਇਹਦੇ ਵਿੱਚ ਸਪੇਸ ਹੈ ਕਿ ਤੁਸੀਂ ਰੱਖ ਸਕਦੇ ਆ ਆਹ ਵੀ ਖੁੱਲ ਜਾਂਦਾ ਇਹਦੇ ਵਿੱਚ ਦੇਖੋ ਸਪੇਸ ਹੈਗੀ ਆ ਇੱਦਾਂ ਹੀ ਡਰਾ ਹੇਠਾਂ ਆ ਅਤੇ ਇੱਦਾਂ ਹੀ ਹੇਠਾਂ ਆ ਇਹ ਵੀ ਤੁਹਾਨੂੰ ਸਿਰਫ 3,500 ਰੁਪਏ ਦਾ ਮਿਲ ਜਾਣਾ ਇਹ ਵੀ ਇੱਕ ਚੈਲੰਜ ਆ ਤੁਹਾਨੂੰ ਕਿਤੋਂ ਵੀ 3,500 ਦਾ ਡਰੈਸਿੰਗ ਟੇਬਲ ਨਹੀਂ ਮਿਲਣਾ ਬਾਈ ਜੀ ਮੈਂ ਕੁਰਸੀਆਂ ਦੇਖ ਰਿਹਾ ਨਾ ਇਹਦੇ ਵਿੱਚ ਦੱਸੋ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੇ ਬਾਹਰ ਪੈਣਾ ਜਿੱਦਾਂ ਮਰਜ਼ੀ ਕਈਆਂ ਦੇ ਘਰ ਹੈਵੀ ਹੈਵੀ ਮੇਰੇ ਵਰਗੇ ਹੁੰਦੇ ਆ ਜੀ ਸੱਜਣ ਮਿੱਤਰ ਜੀ ਜਿੱਦਾਂ ਕਈ ਵਾਰ ਕਿੱਦਾਂ ਕੁਰਸੀ ਟੁੱਟ ਜਾ ਬੰਦੀ ਆ ਜਿੱਦਾਂ ਮਰਜ਼ੀ ਭਾਜੀ 2 ਸਾਲ ਦੀ ਗਰੰਟੀ ਦੇਵਾਂਗੇ ਜਿੱਦਾਂ ਮਰਜ਼ੀ ਕਈਆਂ ਨੂੰ ਆਰ ਤੋਂ ਦੇਦਾ ਬਹਿ ਜਾਂਦੇ ਆ ਜਿੱਦਾਂ ਮਰਜ਼ੀ ਝੂਲੀ ਆ ਹੋਲੀ ਉਹ ਬਹੁਤ ਹੈਵੀ ਕੁਰਸੀ ਆ ਇਹ ਕਹਿੰਦੇ ਵੀ ਕੁਰਸੀ ਟੁੱਟੂਗੀ ਨਹੀਂ ਬਿਲਕੁਲ ਇੱਦਾਂ ਮਾਰੋ ਚੱਕ ਚੱਕ ਕੇ ਕੋਠਿਆਂ ਦਵਾ ਲਓ ਇਸ ਚੀਜ਼ ਦੀ ਗਰੰਟੀ ਦਿੰਦੇ ਆ ਵੀ ਜੇ ਟੁੱਟ ਗਈ ਤਾਂ ਕਹਿੰਦੇ ਸਾਨੂੰ ਬਣਾ ਜਵਾ ਲਓ ਬਿਲਕੁਲ ਸੋ ਇੱਥੇ ਤੱਕ ਦੀ ਜ਼ਿੰਮੇਵਾਰੀ ਆ ਆਪਾਂ ਨੂੰ ਹੁੰਦਾ ਵੀ ਅਸੀਂ ਪੈਸੇ ਲਾਉਣੇ ਆ ਨੋਨ ਬ੍ਰੇਕਵਲ ਚੇਅਰ ਚਾਹੀਦੀ ਆ ਆ ਚੱਕੋ ਜੀ ਲੈ ਜਾਓ ਕੀ ਰੇਟ ਇਹਦਾ ਬਾਈ ਜੀ ਭਾਜੀ ਸਿਰਫ 450 ਰੁਪਏ ਦੇ ਵਿੱਚ ਕੁਰਸੀ ਦੇ ਦੇਣੀ ਆ ਜੀ ਇਹ ਵੀ ਤੁਸੀਂ ਦੇਖ ਲਓ 600-650 ਦੀ ਵਿਕਦੀ ਆ ਮੈਂ ਔਨ ਕੋਰਟ ਕੈਮਰੇ ਤੇ ਕਹਿ ਰਿਹਾ ਜਿੱਥੇ ਮਰਜ਼ੀ ਪਤਾ ਕਰ ਲਓ ਜਾ ਕੇ ਜੇ ਤੁਹਾਨੂੰ ਇਦੋਂ ਸਸਤੀ ਮਿਲੂਗੀ ਉਹਦੀ ਗਰੰਟੀ ਕੋਈ ਨਹੀਂ ਹੋਊਗੀ ਉਹ ਭਾਵੇਂ 250-300 ਦੀ ਤੁਸੀਂ ਲੈ ਲਓ 400 ਰੁਪਏ ਦੀ 450 ਦੀ ਤੁਹਾਨੂੰ ਇਹ ਕੁਰਸੀ ਮਿਲਣੀ ਆ ਗਰੰਟੀ ਨਾਲ ਭਾਜੀ ਤੇ ਹੁਣ ਟੱਗਰ ਸਾਹਿਬ ਦੇ ਮੂੰਹ 'ਚ 400 ਨਿਕਲੇ ਆਪਾਂ 400 ਦੀ ਦੇ ਦੇਣੀ ਆ ਜੀ ਹੋਰ ਦੱਸੋ ਇਹ ਦੇਖੋ ਬਾਈ ਦੀ ਦਲੇਰੀ ਹੈਨਾ 450 ਰੇਟ ਸੀਗਾ ਪਰ ਤੁਹਾਡੇ ਲਈ 400 ਰੁਪਏ ਦੀ ਨੋਨ ਬ੍ਰੇਕਵਲ ਕੁਰਸੀ ਲੈ ਜਾਓ ਸਿਰਫ 450 ਦਿਓ ਜਿੰਨੀਆਂ ਮਰਜ਼ੀ ਲੈ ਜਾਓ ਤਾਂ ਭਾਈ ਬੈੱਡ ਆਪਾਂ ਦੇਖਿਆ ਨਾ ਆ ਮੈਂ ਗੱਦੇ ਵੀ ਦੇਖ ਰਿਹਾ ਗੱਦਿਆਂ ਦੀਆਂ ਕਿੰਨੀਆਂ ਕੁਆਲਿਟੀ ਵਰਾਈਟੀਆਂ ਕਿੰਨੇ ਤੋਂ ਸ਼ੁਰੂਆਤ ਹੋਈ ਨਹੀਂ ਕੀ ਇਹਦੇ ਵਿੱਚ ਡੀਲਸ ਹੈਗੀਆਂ ਭਾਜੀ 3,500 ਰੁਪਏ ਦਾ ਗੱਦਾ ਸ਼ੁਰੂ ਕਰ ਦਈਦਾ ਆਪਾਂ ਜੀ ਇਹਦੀ ਗਰੰਟੀ ਵੀ ਪੂਰੀ 2 ਸਾਲ ਦੀ ਹੋਏਗੀ ਕੋਈ ਬਹਿਜ ਵੀ ਖਰਾਬ ਹੋਏ ਚੇਂਜ ਹੋ ਜਾਂਦਾ ਜੀ ਇਹ 3,500 ਰੁਪਏ ਦਾ ਜੋੜਾ ਫੇਰ ਆ ਜਾਂਦੇ ਭਾਜੀ ਵਧੀਆ ਗੱਦੇ ਜਿੱਦਾਂ ਅੱਜ ਕੱਲ੍ਹ ਘਰਾਂ 'ਚ ਚੱਲਦੇ ਆ ਜਿੱਦਾਂ ਹੋਟਲਾਂ 'ਚ ਆਪਾਂ ਵਧੀਆ ਦੇਖਦੇ ਕਈ ਵਾਰ NRI ਆਉਂਦੇ ਆ ਥੋੜੇ ਕਹਿੰਦੇ ਹਾਰਡ ਆ ਗੱਦੇ ਸਾਨੂੰ ਪਸੰਦ ਨਹੀਂ ਜੀ ਇੱਥੇ ਵਾਲੇ ਗੱਦੇ ਪ੍ਰੋਫਿਟ ਆ ਜਿਹੜੇ ਖੱਟ ਲੈਣਗੇ ਜੀ ਇਹ 10,500 ਰੁਪਏ ਦਾ ਆਪਾਂ ਗੱਦਾ ਦੇ ਦੇਣਾ ਉਹਨਾਂ ਜੀ ਆ ਲਓ ਜੀ 10,500 ਦੀ ਜੋੜੀ ਆ ਸਿੰਗਲ ਦੀ ਜੋੜੀ 25,000 ਦਾ ਮਾਰਕੀਟ 'ਚ ਇੱਥੋਂ ਤੁਹਾਨੂੰ ਦਵਾਂਗੇ 10,500 ਰੁਪਏ ਦਾ ਇਹਦੀ ਵਾਰੰਟੀ ਵੀ ਹੈਗੀ ਆ ਆ ਦੇਖੋ ਈ ਵਾਰੰਟੀ ਤੁਹਾਨੂੰ ਮਿਲ ਜਾਣੀ ਆ ਮੇਨ ਗੱਲ ਆ ਦੇਖੋ ਤੁਹਾਡੀ ਬੈਕ ਪੇਨ ਹੈਗੀ ਆ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਆ ਇਹ ਗੱਦੇ ਠੀਕ ਕਰ ਦਿੰਦੇ ਆ ਚੰਗੇ ਗੱਦੇ ਤੁਸੀਂ ਲਓਗੇ ਅੱਧੀਆਂ ਬਿਮਾਰੀਆਂ ਤੁਹਾਨੂੰ ਠੀਕ ਕਰ ਦਿੰਦੀਆਂ 3,500 ਦਾ ਗੱਦਾ ਸ਼ੁਰੂ ਆ 10,500 ਦਾ ਹੈਗਾ ਸਾਡੇ ਕੋਲ 8,000 ਦਾ ਵੀ ਹੈਗਾ ਸਾਡੇ ਕੋਲ 6,000 ਦਾ ਵੀ ਹੈਗਾ ਸਾਡੇ ਕੋਲ 15,000 ਦਾ ਵੀ ਹੈਗਾ ਜਿਹੜੇ ਗੱਦੇ ਤੁਸੀਂ ਲੈਣੇ ਆ ਤੁਹਾਨੂੰ ਉੱਦਾਂ ਦੀ ਵਰਾਇਟੀ ਮਿਲ ਜਾਣੀ ਆ ਬਾਈ ਜੀ ਵਿਆਹਾਂ ਸ਼ਾਦੀਆਂ ਦਾ ਵੀ ਟਾਈਮ ਆ ਜੇ ਕਿਸੇ ਨੇ ਵਿਆਹਾਂ ਸ਼ਾਦੀਆਂ ਲਈ ਫਰਨੀਚਰ ਲੈਣਾ ਤਾਂ ਉਹਨਾਂ ਲਈ ਕੀ ਆਫਰਸ ਹੈਗੀਆਂ ਭਾਜੀ ਫਰਨੀਚਰ ਲਈ ਆਪਣੇ ਕੋਲ ਬਹੁਤ ਵਧੀਆ ਆਫਰ ਦੇ ਲੱਗੇ ਆ ਜੀ ਜੀ ਬਿਲਕੁਲ ਆਪਾਂ ਸਕੀਮ ਇੱਕ ਕਹਿ ਲਓ ਸਗਨ ਵਾਲੀ ਕਰ ਦੇਣੀ ਆ ਆਪਾਂ ਬੈੱਡ ਸੋਫਾ ਅਲਮਾਰੀ ਡਰੈਸਿੰਗ ਟੇਬਲ ਗੱਦੇ ਇਹ ਸਾਰੀ ਚੀਜ਼ ਆਪਾਂ ਜੀ 51,000 ਦੇ ਵਿੱਚ ਦੇ ਦੇਣੀ ਜਿਹੜੀ 65,000 ਵਾਲੀ ਚੀਜ਼ ਆ ਇਹ ਨਹੀਂ ਟੇਬਲ ਜਿਹੜਾ ਹੋਊਗਾ ਸਿੰਪਲ ਦੇ ਦਈਏ ਸਿੰਪਲ ਵੀ ਨਹੀਂ ਦੇਵਾਂਗੇ ਭਾਜੀ ਸ਼ੀਸ਼ੇ ਵਾਲਾ ਦਰਾਜ ਵਾਲਾ ਟੇਬਲ ਤਾਂ ਉਹਨਾਂ ਨੂੰ ਦੇਵਾਂਗੇ ਸੋ ਭਾਜੀ ਤੋਂ ਅਸੀਂ ਤਾਂ ਪਹਿਲਾਂ ਲਿਖ ਕੇ ਲੈ ਲਿਆ ਸੀਗਾ ਅਸੀਂ ਉੱਤੇ ਕੈਮਰੇ ਦੀ ਵੀ ਗੱਲ ਕਹਾਤੀ ਵਿਆਹਾਂ ਸ਼ਾਦੀਆਂ ਲਈ ਸਮਾਨ ਤੁਹਾਨੂੰ ਇੱਕ ਬੈੱਡ ਮਿਲੂਗਾ ਇੱਕ ਸੋਫਾ ਮਿਲੂਗਾ ਇੱਕ ਡਰੈਸਿੰਗ ਟੇਬਲ ਮਿਲੂਗਾ ਅਲਮਾਰੀ 4 ਫੁੱਟ ਦੀ ਮਿਲੂਗੀ ਟੇਬਲ ਸ਼ੀਸ਼ੇ ਨਾਲ ਅਤੇ ਗੱਦੇ ਮਿਲੂਗੀ 65,000 ਵਾਲਾ ਸਮਾਨ ਜਿਹੜਾ ਇਹ 65,000 ਰੁਪਏ ਦਾ ਬਣਦਾ ਤੁਸੀਂ ਆ ਜਾਓ ਇਸ ਵੀਡੀਓ ਨੂੰ ਦੇਖ ਕੇ ਸਕਰੀਨਸ਼ਾਟ ਲਿਓ 65,000 ਵਾਲਾ ਸਮਾਨ ਤੁਹਾਨੂੰ ਸਿਰਫ 51,000 'ਚ ਦੇ ਦਿਆਂਗੇ ਇੱਥੇ ਵੀ ਤੁਹਾਡਾ ਅਸੀਂ 14,000 ਰੁਪਏ ਦਾ ਫਾਇਦਾ ਕਰਤਾ ਸਕਰੀਨਸ਼ਾਟ ਲੈ ਕੇ ਆ ਜਾਓ ਤੁਹਾਨੂੰ ਅਸੀਂ 51,000 'ਚ ਲੈ ਕੇ ਦੇਵਾਂਗੇ ਇੱਕ ਹੋਰ ਆਫਰ ਕਰਤੀ ਹੈ ਭਾਜੀ ਜਿਹੜਾ ਸ਼ੇਅਰ ਕਰੂਗਾ ਵੀਡੀਓ ਆਪਣੀ ਉਹਨੂੰ ਅਲਮਾਰੀ ਆ ਪੂਰੀ ਫਰੀ ਦਿੱਤੀ ਜਾਊਗੀ ਜੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਨੀ ਆ ਸੋਫੇ ਦੇ ਨਾਲ ਦੂਜਾ ਗਿਫਟ ਤੁਹਾਨੂੰ ਆਹ ਅਲਮਾਰੀ ਜਿਹੜੀ ਬਹੁਤ ਹੈਵੀ ਦੇ ਵਿੱਚ ਹੈਗੀ ਆ ਇਹ ਅਲਮਾਰੀ ਤੁਹਾਨੂੰ ਫ੍ਰੀ ਮਿਲਣੀ ਆ ਜੇ ਤੁਸੀਂ ਅਲਮਾਰੀ ਫ੍ਰੀ ਲੈਣੀ ਆ ਤੁਹਾਨੂੰ ਕੰਮ ਕਰਨਾ ਪੈਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨੀ ਆ ਸਾਰੇ ਗਰੁੱਪਾਂ ਦੇ ਵਿੱਚ ਪਾਉਣਾ ਠੋਕ ਵਜਾ ਕੇ ਵਧੀਆ ਵਧੀਆ ਕਮੈਂਟ ਕਰਨੇ ਆ ਫਗਵਾੜਾ ਫਰਨੀਚਰ ਹਾਊਸ ਤੇ ਤੁਸੀਂ ਸ਼ਾਪਿੰਗ ਕਰਨ ਆਉਣਾ ਤੇ ਇਹ ਅਲਮਾਰੀ ਵੀ ਤੁਹਾਨੂੰ ਅਸੀਂ ਫ੍ਰੀ ਦੇਵਾਂਗੇ ਹੋਰ ਤੁਸੀਂ ਕੋਈ ਜਾਣਕਾਰੀ ਲੈਣੀ ਆ ਤੁਹਾਡੇ ਕੋਲ ਮਨ ਦਾ ਸਵਾਲ ਹੈਗਾ ਸਾਡੀ ਸਕਰੀਨ ਤੇ ਨੰਬਰ ਆ ਰਹੇ ਆ ਤੁਸੀਂ ਇਹਨਾਂ ਨੰਬਰਾਂ ਤੇ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਂਝ ਟੀਵੀ ਫਗਵਾੜਾ